ਸਤਿ ਨਾਮ ਵਾਹਿਗੁਰੂ ਸਾਹਿਬ ਜੀ। ਆਬੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆ ਸਿਰ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਣ ਬੁਝੈ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸਨ ਪਾਏ ਜੀਓ, ਜੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੀ ਜਨ ਨਾਨਕ, ਜਿਹਾ ਤੂੰ ਕਰਾਈ ਤੇਹਾ ਹਉ ਕਰੀ ਬਖਿਆਨ। ਵਾਹਿਗੁਰੂ ਸਾਹਿਬ ਜੀ। ਸੱਚਾ ਸੌਦਾ ਬਿਰਲਾ ਕੋ ਪਾਏ, ਪੂਰਾ ਸਤਿਗੁਰ ਮਿਲੈ ਮਲਾਏ। ਗੁਰਮੁਖ ਹੋਏ ਸੋ ਹੁਕਮ ਪਸਾਣੈ, ਮਾਨੈ ਹੁਕਮ ਸਮਾਏ ਦਾ। ਹੁਕਮ ਆਇਆ ਹੁਕਮ ਸਮਾਇਆ, ਹੁਕਮ ਦਿਸੈ ਜਗਤ ਉਪਾਇਆ। ਹੁਕਮ ਸੁਰਗ ਮਸ ਪਿਆਲਾ, ਹੁਕਮ ਕਲਾ ਰਹਾਈ ਦਾ। ਹੁਕਮ ਧਰਤੀ ਤੌਲ ਸਿਰ ਭਾਰੰ, ਹੁਕਮ ਪੌਣ ਪਾਣੀ ਗੈਣਾਰੰ। ਹੁਕਮ ਸਿਵ ਸ਼ਕਤੀ ਕਰ ਬਾਸਾ, ਹੁਕਮ ਖੇਲ ਖਿਲਾਈ ਦਾ। ਹੁਕਮ ਆਡਾਣੀ ਆਗਾਸੀ, ਹੁਕਮ ਜਲ ਥਲ ਤਿਰ ਭਵਨ ਵਾਸੀ। ਹੁਕਮ ਸਾਸ ਗਰਾਸ ਸਦਾ ਫੁਨ, ਹੁਕਮ ਦੇਖ ਦਿਖਾਈ ਦਾ। ਹੁਕਮ ਆਡਾਣੀ ਆਗਾਸੀ, ਹੁਕਮ ਜਲ ਥਲ ਤਿਰ ਭਵਨ ਵਾਸੀ। ਹੁਕਮ ਸਾਸ ਗਰਾਸ ਸਦਾ ਫੋਨਾ, ਹੁਕਮ ਦੇਖ ਦਿਖਾਈ ਦਾ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਪੜ੍ਹਨ ਸੁਣਨ ਔਰ ਸਮਝਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਕੁਝ ਕੁ ਸਮਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਰਹਿਮਤ ਸਦਕਾ ਸਤਿਗੁਰਾਂ ਦੇ ਪਾਵਨ ਦਰਬਾਰਾਂ ਤੋਂ ਚੱਲ ਰਹੀ ਇੱਕ ਓਅੰਕਾਰ ਤੋਂ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਇਹ ਪਾਵਨ ਪਵਿੱਤਰ ਸ਼ਬਦ ਜਾਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਇਆ ਹੋਇਆ ਜੋ ਕਿ ਮਾਰੂ ਰਾਗ ਦੇ ਵਿੱਚ ਸਸ਼ੋਭਿਤ ਹੈ। ਸ਼ਬਦ ਵਿੱਚ ਸਾਹਿਬਾਨ ਨੇ 16 ਪੌੜੀਆਂ ਦੀ ਕਿਰਪਾ ਕੀਤੀ ਹੈ। ਪਹਿਲੀਆਂ 8 ਪੌੜੀਆਂ ਦਾ ਜਾਪ ਹੈ ਜੋ ਆਪਾਂ ਵਿਚਾਰ ਸਹਿਤ ਪਿਛਲੇ ਦਿਨੀ ਸਰਵਣ ਕੀਤਾ ਹੈ। ਅੱਗੇ ਜੋ ਆਪਾਂ ਹੁਣ 4 ਪੌੜੀਆਂ ਦਾ ਜਾਪ ਸਰਵਣ ਕੀਤਾ ਜੋ ਵਿਚਾਰ ਅਧੀਨ ਹੈ। ਸਾਹਿਬਾ ਕਿਰਪਾ ਕਰਨ, ਮਤ ਬੁੱਧ ਬਖਸ਼ਿਸ਼ ਕਰਨ, ਵਿਚਾਰ ਕਰ ਸਕੀਏ, ਕੋਸ਼ਿਸ਼ ਕਰੀਏ ਸਤਿਗੁਰਾਂ ਦੀ ਵਿਚਾਰ ਧਾਰਾ ਨੂੰ ਸਮਝਣ ਦੀ, ਸਮਝ ਕਰਕੇ ਹਿਰਦੇ ਘਰ ਵਸਾਈਏ। ਜੋ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਸਾਨੂੰ ਉਪਦੇਸ਼ ਦੇ ਰਹੇ ਨੇ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝ ਕਰਕੇ ਮੰਨਣਾ ਕਰੀਏ ਤਾਂ ਤੇ ਸਾਨੂੰ ਵੀ ਜਿਹੜਾ ਇਹ ਜੀਵਨ ਮਿਲਿਆ, ਮਨੁੱਖਾ ਜਾਮਾ ਜਿਹਨੂੰ ਵਡਮੁੱਲਾ ਜੀਵਨ ਆਖਿਆ ਹੈ, ਇਸ ਵਡਮੁੱਲੇ ਜੀਵਨ ਦਾ ਅਸੀਂ ਵੀ ਲਾਹਾ ਲਈਏ। ਸੁਰੋਹ ਵਿਚਾਰ, ਸਤਿਗੁਰਾਂ ਨੇ ਇਸ ਸ਼ਬਦ ਵਿੱਚ ਆਰੰਭਤਾ ਵਿੱਚ ਕਿਰਪਾ ਕੀਤੀ ਹੈ, ਸਾਨੂੰ ਸਮਝਾਇਆ ਕਿ ਹੈ ਪਿਆਰਿਓ, ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਆ ਸਰੀਰ 5 ਤੱਤਾਂ ਦਾ ਤਿਆਰ ਕੀਤਾ, ਕਹੀਏ ਬਣਾਉਣਾ ਕੀਤਾ ਹੈ, ਬਣਾ ਕਰਕੇ ਸਾਡੀ ਜਿੰਦ 'ਤੇ ਰਹਿਮਤ ਕੀਤੀ, ਇਹਨੂੰ ਸੌਂਪ ਦਿੱਤਾ। ਸਤਿਗੁਰੂ ਜੀ ਕਹਿ ਰਹੇ ਨੇ ਭਾਈ ਇਹ ਮਕਾਨ ਕਹਿ ਲਈਏ ਸਾਡਾ ਬਣਾਇਆ ਮੇਰੇ ਮਾਲਕ ਨੇ ਸੱਚਾ। ਅਸਲ ਕਰਕੇ ਮਕਾਨ ਜਿੰਦ ਦਾ ਇਹ ਹੈ। ਅਤੇ ਸਾਹਿਬਾ ਕਹਿੰਦੇ ਨੇ ਜਿੱਥੇ ਇਸ ਸਰੀਰ ਵਿੱਚ ਮੇਰੇ ਮਾਲਕ ਨੇ ਸਭ ਕੁਝ ਪਾਉਣਾ ਕੀਤਾ ਹੈ, ਸਭ ਕੁਝ ਟਿਕਾਇਆ ਹੈ, ਉੱਥੇ ਨਾਲ ਹੀ ਆਪਣਾ ਵੀ ਪ੍ਰਵੇਸ਼ ਕੀਤਾ ਅਤੇ ਆਪਣੇ ਲਈ ਵੀ ਕੋਈ ਥਾਂ ਬਣਾਇਆ। ਬੜੇ ਦਿਨ ਤੋਂ ਭਾਵ 3 ਰੋਜ਼ ਤੋਂ ਆਪਾਂ ਇਹ ਸਮਝਦੇ ਆ ਰਹੇ ਹਾਂ
ਵੀ ਜਿਵੇਂ ਭਾਈ ਇੱਕ ਮਹਿਲ ਤਿਆਰ ਕੀਤਾ ਜਾਂਦਾ, ਮਹਿਲ ਦੇ ਵਿੱਚ ਅੱਡੋ ਅੱਡੀ ਕਮਰੇ, ਅੱਡੋ ਅੱਡੀ ਭਾਵ ਕਿ ਨਿਵਾਸ ਲਈ ਹੁੰਦੀ ਹੈ, ਇਉਂ ਹੀ ਸਤਿਗੁਰਾਂ ਨੇ ਇਹ ਮਿਹਰ ਕੀਤੀ ਹੈ। ਦੱਸਿਆ ਗਿਆ ਵੀ ਇਹਦੇ ਭਾਈ 10 ਦਰਵਾਜ਼ੇ, 10 ਪਾੜ ਕਹਿ ਲਈ ਆਪਾਂ, 9 ਖੁੱਲ੍ਹੇ ਅਤੇ 1 ਬੰਦ ਕਿਹਾ ਪਾਤਸ਼ਾਹ ਨੇ। ਜਿਹੜਾ ਬੰਦ ਹੈ ਗੁਰੂ ਦੀ ਕਿਰਪਾ ਸਦਕਾ ਉਹ ਖੁੱਲ੍ਹਦਾ ਹੈ, ਅਤੇ ਉਹਦੇ ਅੰਦਰ ਹੀ ਆਪਾਂ ਭਾਵੇਂ ਕਹਿ ਲਈਏ ਵੀ ਉਹ ਨਿਰੰਕਾਰ ਵਸ ਰਿਹਾ ਹੈ, ਮਾਲਕ ਬੈਠਾ ਹੈ, ਜਿਹਨੂੰ ਕਿਹਾ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਉਹ ਦੁਬਾਰਾ ਪੜ੍ਹ ਕੇ ਹਟਿਆ ਆਪਾਂ ਹੁਣੇ ਹੁਣੇ ਜਾਪ ਆਨੰਦ ਸਾਹਿਬ ਦਾ, ਉਹਦੇ ਵਿੱਚ ਸਾਹਿਬ ਆਖਣਾ ਕੀਤਾ ਵੀ ਜਿਹੜਾ ਭਾਈ ਮਾਲਕ 'ਤੇ ਭਰੋਸਾ ਕਰਦਾ, ਗੁਰੂ ਨੂੰ ਭਾਵਨਾ ਨਾਲ ਧਿਆਉਂਦਾ ਹੈ, ਸਮਝਦਾ ਹੈ, ਅਤੇ ਗੁਰੂ ਸਾਹਿਬ ਇਸ ਦਰਬਾਰ ਦੇ ਦਰਵਾਜ਼ੇ ਨੂੰ ਖੋਲ੍ਹ ਦਿੰਦੇ ਹੈ। ਕਿਉਂਕਿ ਇਹ ਵਚਨ ਆਪਾਂ ਪੜ੍ਹ ਕੇ ਵੀ ਹਟੇ ਹਾਂ, ਪੜ੍ਹ ਲੈਂਦੇ ਹਾਂ, ਸਾਹਿਬ ਕਹਿੰਦੇ ਆ ਹਰ ਜੀਓ ਗੁਫਾ ਅੰਦਰ ਰੱਖ ਕੇ, ਬਾਜਾ ਪਵਨ ਵਜਾਇਆ, ਵਜਾਇਆ ਬਾਜਾ ਪਾਉਣ, ਨੌਂ ਦੁਆਰੇ ਪ੍ਰਗਟ ਕੀਏ, 10 ਵਾ ਗੁਪਤ ਰਖਾਇਆ। ਜਿਹੜਾ ਗੁਪਤ ਹੈ ਪਾਤਸ਼ਾਹ ਕਹਿੰਦੇ ਗੁਰੂ ਦੁਆਰੇ ਲਾਏ ਭਾਵਨੀ, 1 ਨਾ 10 ਵਾ ਦਵਾਰ ਦਿਖਾਇਆ, ਜਿਨ੍ਹਾਂ ਨੇ ਗੁਰੂ ਦੇ ਦਰ ਨਾਲ ਸ਼ਰਧਾ ਭਾਵਨਾ ਬਣਾਈ, ਗੁਰੂ ਸਾਹਿਬ ਜੀ ਨੇ ਸਮਝਾ ਕੇ ਇਸ ਦਰਬਾਰ ਨੂੰ ਖੋਲ੍ਹਣਾ ਕੀਤਾ, ਦਿਖਾਉਣਾ ਕੀਤਾ ਹੈ। ਕਿਉਂਕਿ ਸਤਿਗੁਰੂ ਜੀ ਹੀ ਮਿਹਰ ਕਰਦੇ ਨੇ, ਇਸ ਵਜਰ ਕਪਾਟ ਨੂੰ ਖੋਲ੍ਹਦੇ ਆ। ਤਤ ਆਓ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ 'ਤੇ ਮਿਹਰ ਹੁੰਦੀ ਹੈ, ਭਾਈ ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਫਿਰ ਸਤਿਗੁਰੂ ਜੀ ਇਸ ਜੀਵਨ ਦੀ ਜਾਂਚਨਾ ਦਿੰਦੇ ਆ, ਜੀਵਨ ਦੀ ਸਿਹਤ ਦਿੰਦੇ ਆ ਵੀ ਇਹ ਪਿਆਰੇ ਆ, ਇਹ ਜੀਵਨ ਵਿੱਚ ਤਾਂ ਕੀ ਕੁਝ ਕਰਨਾ, ਕੀ ਕਮਾਉਣਾ ਹੈ ਅਤੇ ਕੀ ਗਵਾਉਣਾ ਵੀ ਹੈ ਨਾਲ, ਵੀ ਛੱਡਣਾ ਕੀ ਹੈ। ਸਿਹਤ ਦੇ ਰਹੇ ਨੇ ਸਤਿਗੁਰੂ ਜੀ, ਕਿਰਪਾ ਕਰਦੇ ਨੇ ਇਸ ਸ਼ਬਦ ਦੇ ਵਿੱਚ। ਪਹਿਲਾਂ ਤਾਂ ਆਰੰਭਤਾ ਵਿੱਚ ਜੋ ਸਾਹਿਬਾਂ ਨੇ ਕਿਰਪਾ ਕੀਤੀ ਹੈ, ਆਪੇ ਆਪ ਉਪਾਏ ਨਿਰਾਲਾ, ਸਾਚਾ ਥਾਨ ਕੀ ਉਹ ਦਿਆਲਾ, ਪੌਣ ਪਾਣੀ ਅਗਨੀ ਕਾ ਬੰਧਨ, ਕਾਇਆ ਕੋਟ ਰਚਾਈਂਦਾ। ਇਹ ਕਾਇਆ ਸਰੀਰ ਰੂਪੀ ਸਾਹਿਬ ਕਹਿੰਦੇ ਇੱਕ ਕੋਟ ਬਣਾਇਆ, ਕੋਟ ਕਹਿ ਲਈਏ, ਮੰਦਰ ਕਹਿ ਲਈਏ, ਸ਼ਹਿਰ ਵੀ ਕਹਿਤਾ ਪਾਤਸ਼ਾਹ ਨੇ, ਪਿੰਡ ਵੀ ਕਹਿਤਾ ਜੀਓ ਪਿੰਡ ਤਨ ਸਾਜਿਆ, ਸਾਜਣਾ ਕੀਤੀ ਹੈ। ਅਤੇ ਪਾਤਸ਼ਾਹ ਕਹਿੰਦੇ ਜਿਵੇਂ ਆ ਸੰਸਾਰੀ ਸ਼ਹਿਰਾਂ ਦੇ ਵਿੱਚ ਹੱਟ ਚੱਲਦੇ ਆ, ਲੈਣ ਦੇਣ ਚੱਲਦਾ ਹੈ, ਇਉਂ ਹੀ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਦੇ ਵਿੱਚ ਵੀ ਹੱਟ ਹੈ, ਗੱਢ ਮੈਂ ਹਾਟ ਪੱਟਣ ਵਪਾਰ, ਇੱਥੇ ਵੀ ਚੱਲਦਾ ਹੈ। ਅਤੇ ਹੁਣ ਹੱਟਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਸਭ ਕੁਝ ਮਿਲਦਾ ਹੈ, ਪਰ ਲੋੜੀਂਦੀ ਵਸਤੂ ਜੇ ਲਈ ਜਾਵੇ ਭਲਾ ਹੈ। ਪਾਤਸ਼ਾਹ ਜੀ ਕਹਿੰਦੇ ਭਾਈ ਲੋੜ ਤੇਰੇ ਲਈ ਲੋੜੀਂਦੀ ਵਸਤੂ ਕਿਹੜੀ ਹੈ, ਸੱਚ ਨਾਮ ਵਿਹਜਣਾ ਹੈ, ਉਸ ਨਾਮ ਨਾਲ ਪਰਮਾਤਮਾ ਦੇ ਨਾਲ ਜੁੜਨਾ, ਜਿਹੜੇ ਨਾਮ ਦੇ ਆਸਰੇ ਆ ਸਭ ਕੁਝ ਚੱਲ ਰਿਹਾ। ਕਿਉਂਕਿ ਨਾਮ ਮੇਰੇ ਵਾਹਿਗੁਰੂ ਨੇ ਸਭਨਾ ਦੇ ਵਿੱਚ ਰੱਖਣਾ ਕੀਤਾ, ਟਿਕਾਉਣਾ ਕੀਤਾ ਹੈ। ਕਿਉਂਕਿ ਇਹ ਆਪਾਂ ਬਚਨ ਪੜ੍ਹਦੇ ਹਾਂ ਵੀ ਜੇ ਤਾ ਕੀਤਾ ਤੇ ਤਾ ਨਾਓ, ਬਿਨ ਨਾਵੈ ਨਾ ਹੀ ਕੋ ਥਾਓ।
ਵੀ ਜੋ ਕੁਝ ਕੀਤਾ ਬਣਾਇਆ ਭਾਈ ਸਭ ਨਾਮ ਦੇ ਦੁਆਰਾ ਹੀ ਹੈ। ਅਤੇ ਨਾਮ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਨੇ ਕੋਈ ਥਾਂ ਸਥਾਨ ਨਹੀਂ ਹੈ, ਥਾਂ ਕਹਿ ਲਈ ਆਪਾਂ ਸਰੀਰ ਕੋਈ ਵੀ ਨਹੀਂ ਹੈ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ ਪਾਤਸ਼ਾਹ ਕਹਿੰਦੇ ਆ। ਸੋ ਇਸੇ ਕਰਕੇ ਪਾਤਸ਼ਾਹ ਕਹਿੰਦੇ ਪਿਆਰਿਆ ਤੇਰੇ ਅੰਦਰ ਨਾਮ ਵੀ ਹੈ, ਉਸ ਨਾਮ ਨੂੰ ਬਿਹਾਜਣਾ ਕਰ, ਨਾਮ ਦਾ ਲੈਣ ਦੇਣ ਕਰ, ਨਾਮ ਨਾਲ ਜੁੜਨਾ ਕਰ। ਅਤੇ ਨਾਮ ਦੇ ਦੁਬਾਰਾ ਜੁੜਿਆ ਪਾਤਸ਼ਾਹ ਕਹਿੰਦੇ ਜੀਵਨ ਦੀ ਕੀਮਤ ਬਣ ਜਾਂਦੀ ਹੈ, ਕਿਉਂਕਿ ਨਾਮ ਵਡਮੁੱਲਾ ਹੈ ਪਾਤਸ਼ਾਹ ਜੀ ਦਾ। ਪੜ੍ਹਦੇ ਵੀ ਹਾਂ ਵੀ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਕੀਮਤ ਨਹੀਂ ਹੈ ਕੋਈ, ਕੋਈ ਜਾਣਦਾ ਨਹੀਂ ਕੀਮਤ ਇਹਦੀ ਸੱਚੇ ਨਾਮ ਦੀ। ਕੱਲ੍ਹ ਵੀ ਆਪਾਂ ਵਿਚਾਰ ਕੀਤੀ ਵੀ ਇਹ ਤਾਂ ਭਾਈ ਜੇ ਲੈਣਾ ਹੈ ਸੱਚੇ ਨਾਮ ਨਾਲ ਜੁੜਦਾ ਜੀ ਪ੍ਰਾਪਤੀ ਕਰਨੀ ਹੈ। ਪਾਤਸ਼ਾਹ ਨੇ ਆਖਣਾ ਕੀਤਾ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਆਰਾਮ ਲਿਓ ਹੈ ਮੋਲ। ਬਸ ਮਨ ਨੂੰ ਵੇਚਣਾ ਪੈਂਦਾ, ਮਨ ਨੂੰ ਦੇਣਾ ਪੈਂਦਾ, ਮਾਲਕ ਅੱਗੇ ਅਰਪਣ ਕਰਨਾ ਪੈਂਦਾ ਇਸ ਮਨ ਨੂੰ, ਤਾਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਮਨ ਹੈ ਜਿਹੜਾ ਇਹਨੂੰ ਇੱਧਰ ਉੱਧਰ ਦੌੜਾਈ ਫਿਰੀਏ ਫਿਰ ਨਹੀਂ। ਕੱਲ੍ਹ ਵਿਸਤਾਰ ਨਾਲ ਆਪਾਂ ਸਮਝਣਾ ਕੀਤਾ ਸੀ ਵੀ ਇਹ ਪਿਆਰਿਓ ਵੀ ਜਿੱਥੇ ਤਨ ਕਰਕੇ ਮਾਲਕ ਨਾਲ ਜੁੜੇ, ਮਨ ਕਰਕੇ ਵੀ ਜੁੜੀਏ, ਇਹ ਨਾ ਜੀ ਮਨ ਵਾਂਝਾ ਹੀ ਰਹਿ ਜੇ, ਮਨ ਇੱਧਰ ਉੱਧਰ ਹੀ ਰਹਿ ਜੇ, ਮਨ ਬਾਹਰ ਹੀ ਤੁਰਿਆ ਫਿਰਦਾ ਰਹਿ ਜੇ। ਇਸੇ ਕਰਕੇ ਸੋ ਸਾਹਿਬਾ ਨੇ ਸਾਨੂੰ ਸਮਝਾਉਣਾ ਕੀਤਾ ਹੈ ਵੀ ਮਨ ਕਰਕੇ ਪਿਆਰਿਆ ਮਨ ਮਾਲਕ ਨੂੰ ਅਰਪਣ ਕਰ ਦੇ। ਪਾਤਸ਼ਾਹ ਤਾਂ ਇੱਥੋਂ ਤੱਕ ਕਹਿ ਰਹੇ ਨੇ ਤਨ ਮਨ ਧਨ ਸਭ ਸੌਂਪ ਗੁਰੂ ਕੋ। ਪਾਤਸ਼ਾਹ ਕਹਿੰਦੇ ਤਨ ਵੀ ਮਨ ਵੀ ਧਨ ਵੀ ਪਿਆਰਿਆ ਸਭ ਕੁਝ ਹੀ ਗੁਰਸਿੱਖਾ ਮਾਲਕ ਨੂੰ ਸੌਂਪ ਦੇ। ਸੌਂਪਣ ਦਾ ਭਾਵ ਕੀ ਹੈ, ਮਾਲਕ ਨੇ ਸਾਡੀ ਇਉਂ ਕਹਿ ਲਈਏ ਤਨ ਜਾਂ ਮਨ ਜਾਂ ਧਨ ਤੋਂ ਕੁਝ ਕਰਵਾਉਣਾ ਨਹੀਂ ਹੈ, ਵੀ ਮਾਲਕ ਕੋਲ ਕਿਤੇ ਕਸ ਦੀ ਕੋਈ ਥੋੜ ਹੈ। ਭਾਵ ਤਾਂ ਇਹੀ ਹੈ ਵੀ ਤਨ ਹੈ ਜਿਹੜਾ ਭਾਈ ਮਾਲਕ ਨੂੰ ਸੌਂਪਣ ਦਾ ਭਾਵ ਵੀ ਮਾਲਕ ਦੇ ਮੁਤਲਕ ਇਸ ਤਨ ਤੋਂ ਕੰਮ ਲੈ, ਉਹਦੇ ਹੁਕਮ ਨੂੰ ਪਛਾਣ ਕੇ ਕਾਇਦੇ ਕਾਨੂੰਨ ਵਿੱਚ ਰਹਿ ਕੇ ਨਿਯਮਾਂ ਵਿੱਚ ਰਹਿ ਕੇ ਇਹਨੂੰ ਚਲਾ। ਤਨ ਨੂੰ ਮਨ ਦਾ ਵੀ ਇੱਦਾਂ ਹੀ ਹੈ, ਧਨ ਦਾ ਵੀ ਇਉਂ ਹੀ ਹੈ ਵੀ ਧਨ ਦੀ ਬਰਬਾਦੀ ਨਾ ਕਰ ਭਾਈ, ਗੁਰੂ ਸਾਹਿਬ ਦੇ ਕੋਲੋਂ ਸਿੱਖਿਆ ਲੈ ਕੇ ਇਹ ਤੋਂ ਕੰਮ ਲੈ ਲੈ, ਚੰਗੇ ਪਾਸੇ ਲਾ ਲਾ, ਜੇ ਹੈ ਮਾਲਕ ਨੇ ਕਿਰਪਾ ਕੀਤੀ ਤੇਰੇ 'ਤੇ। ਇਹ ਵੀ ਨਾ ਬਰਬਾਦੀਆਂ ਕਰਦਾ ਫਿਰ, ਇਹ ਵੀ ਨਾ ਭਾਵ ਧਨ ਨੂੰ ਵੇਖ ਵੇਖ ਕੇ ਆਪਣੇ ਸਰੀਰ ਦੀ ਬਰਬਾਦੀ ਨਾ ਕਰ ਲਵੀ, ਕਿਤੇ ਬਹੁਤ ਆਤ ਦੁਨੀਆ ਕਰਦੀ ਹੈ। ਅਤੇ ਇਸੇ ਕਰਕੇ ਪਾਤਸ਼ਾਹ ਨੇ ਸਮਝਾਇਆ ਸਾਨੂੰ ਵੀ ਇਹ ਪਿਆਰਿਆ ਤਨ ਮਨ ਧਨ ਸਭ ਸੌਂਪ ਗੁਰ ਕੋ। ਇੱਥੇ ਅੱਗੇ ਕਹਿੰਦੇ ਆ ਹੁਕਮ ਮੰਨਿਆ ਪਾਈਆ, ਵੀ ਉਹਦੇ ਹੁਕਮ ਨੂੰ ਮੰਨ ਕੇ ਪਾ ਚੱਲ ਅਤੇ ਰਹੋ ਵਿਚਾਰ ਆਓ। ਸਾਹਿਬ ਜੀ ਨੇ ਕਿਰਪਾ ਕੀਤੀ ਵੀ ਇਹ ਪਿਆਰਿਆ ਆਹ ਸਰੀਰ ਵਿੱਚ ਸੱਚੇ ਪਾਤਸ਼ਾਹ ਨੇ ਪਰਮਾਤਮਾ ਨੇ ਬਣਾ ਕੇ ਤੇਰੇ ਸਰੀਰ ਦੀ ਬਣਤ, ਇਹਦੇ ਵਿੱਚ ਘਾਟ ਕੋਈ ਨਹੀਂ ਰੱਖੀ, ਪਾਇਆ ਸਭ ਕੁਝ ਹੈ, ਉਹ ਵੱਖਰੀ ਗੱਲ ਬਈ ਤੂੰ ਚੰਗਾ ਕੁਝ ਅੰਦਰੋਂ ਚੁਣ ਲਿਆ ਕਿ ਮਾੜਾ ਚੁਣ ਲਿਆ ਹੈ, ਵਪਾਰੀ ਚੰਗੇ ਕਰਮ ਦਾ ਬਣ ਗਿਆ ਕਿ ਮਾੜੇ ਦਾ, ਉਹ ਵੱਖਰੀ ਗੱਲ ਹੈ, ਪਰ ਪਾਤਸ਼ਾਹ ਨੇ ਘਾਟ ਕੋਈ ਨਹੀਂ ਛੱਡੀ ਅੰਦਰ। ਬਣਜ ਕਰਦੀ ਹੈ ਦੁਨੀਆ, ਪਰ ਪਾਤਸ਼ਾਹ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ, ਕਹਿੰਦੇ ਕਿੰਨ ਹੀ ਬਣਜਿਆ ਕਾਂਛੀ ਤਾਂਬਾ,
ਕਿਨਹੀ ਲੌਂਗ ਸਪਾਰੀ, ਵੀ ਕਿਸੇ ਨੇ ਕੋਈ ਵਣਜ ਕਰ ਲਿਆ, ਕਿਸੇ ਨੇ ਕੋਈ ਵਣਜ, ਪਰ ਰੱਬ ਦੇ ਪਿਆਰੇ ਪਾਤਸ਼ਾਹ ਕਹਿੰਦੇ ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਬਹੁ ਪਾਰੀ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਆ ਉਹ ਹਰੀ ਦੇ ਨਾਮ ਦੇ ਵਪਾਰੀ ਬਣ ਕੇ ਚੱਲਦੇ ਆ, ਵਪਾਰ ਕਰਦੇ ਆ ਨਾਮ ਦਾ। ਨਾਮ ਦੇ ਵਪਾਰ ਦਾ ਭਾਵ ਕੀ ਹੈ, ਵੀ ਸੱਚ ਨੂੰ ਅੱਗੇ ਰੱਖ ਕੇ ਕਰਮ ਕਮਾਉਂਦੇ ਆ ਸਾਰੇ। ਨਾਮ ਪਰਮਾਤਮਾ ਦਾ ਸੱਚ ਹੈ, ਕਿਉਂਕਿ ਆਰੰਭਤਾ ਵਿੱਚ ਹੀ ਪਾਤਸ਼ਾਹ ਨੇ ਕਿਹਾ ਵੀ ਸਤ ਨਾਮ, ਸਤ ਦਾ ਭਾਵ ਦਾ ਸੱਚ, ਵੀ ਪਰਮਾਤਮਾ ਦਾ ਨਾਮ ਸੱਚ ਹੈ ਭਾਈ। ਜਿਹੜੇ ਸੱਚ ਨੂੰ ਲੈ ਕੇ ਆਪਣਾ ਕਾਰੋ ਵਿਹਾਰ ਚਲਾਉਂਦੇ ਹੈ, ਪਰ ਸਾਡੇ ਮਨ 'ਚ ਖੈਰ ਭੁਲੇਖਾ ਪਿਆ ਹੋਇਆ ਬਹੁਤ ਆਤ ਗਿਣਤੀ, ਅਸੀਂ ਕਹਿੰਦੇ ਵੀ ਸੱਚ ਨਾਲ ਤਾਂ ਕਹਿੰਦੇ ਸਾਡਾ ਵਪਾਰ ਨਹੀਂ ਚੱਲਦਾ, ਝੂਠ ਦਾ ਸਹਾਰਾ ਲੈਣਾ ਪੈਂਦਾ, ਦੁਨੀਆ ਲੈ ਰਹੀ ਹੈ। ਪਾਤਸ਼ਾਹ ਕਹਿੰਦੇ ਆ ਸੱਚ ਹੈ ਜਿਹੜਾ ਭਾਈ, ਸੱਚ ਦਾ ਵਪਾਰ ਕਰ, ਘਾਟਾ ਨਹੀਂ ਪਵੇਗਾ, ਕਿਉਂਕਿ ਸੱਚ ਹੈ ਜਿਹੜਾ ਬਿਣਸਨਹਾਰ ਨਹੀਂ ਹੈ, ਝੂਠ ਸਾਰਾ ਬਿਣਸਨਹਾਰ ਹੈ। ਜੋ ਬਿਣਸਨਹਾਰ ਵਸਤੂ ਹੈ, ਬਿਣਸਨਹਾਰ ਦਾ ਭਾਵ ਕੀ ਹੈ, ਕੀ ਪਤਾ ਗੁਰੂ ਪਿਆਰਿਓ ਕਦੋਂ ਖੁੱਸ ਜਾਣਾ ਕਿਸੇ ਵਸਤੂ ਨੇ। ਜਿਹੜਾ ਸੱਚ ਹੈ ਜਿਉਂਦਾ ਤਿਉਂ ਰਹਿੰਦਾ, ਭਾਵ ਜਿਹੜੀ ਸੱਚ ਦੀ ਕਮਾਈ ਹੁੰਦੀ ਹੈ ਭਾਈ, ਉਹ ਲੇਖੇ ਵਿੱਚ ਪੈ ਜਾਂਦੀ ਹੈ, ਉਹ ਸਾਡੇ ਕੰਮ ਆ ਜਾਂਦੀ ਹੈ, ਨਹੀਂ ਤਾਂ ਬਥੇਰੀ ਦੁਨੀਆ ਵੇਖਦਿਆਂ ਅਰਬਾਂ ਖਰਬਾਂ ਤਾਈਂ ਵੀ ਪਹੁੰਚ ਜਾਂਦੀ ਹੈ, ਕੁਛ ਕੰਮ ਨਹੀਂ ਆਉਂਦਾ, ਵਰਤਿਆ ਨਹੀਂ ਜਾਂਦਾ। ਭੰਡਾਰੇ ਬੇਸ਼ਾ ਕੋਈ ਭਰ ਲੈਂਦਾ ਸੂਮ ਬੰਦਾ, ਜਾਂ ਛਲ ਕਪਟਾਂ ਦੇ ਨਾਲ ਬੜਿਆਂ ਦੀਆਂ ਗਾਥਾ ਸੁਣਦੇ ਆਪਾਂ ਵੀ ਬੜਾ ਭਾਈ ਫਲਾਣੇ ਨੇ ਦੇਹ ਤੋੜ ਕੇ ਕਰਮ ਕੀਤਾ, ਇੱਦਾਂ ਇੱਦਾਂ ਕੀਤਾ, ਪਰ ਕਹਿੰਦੇ ਕੰਮ ਨਹੀਂ ਆਇਆ, ਉਹਦੇ ਵਰਤਣ ਦਾ ਹੁਕਮ ਨਹੀਂ ਹੋਇਆ, ਵਰਤਿਆ ਨਹੀਂ ਗਿਆ। ਇਸੇ ਕਰਕੇ ਕਿਸੇ ਸਮੇਂ ਕਹਿਰੂ ਨੂੰ ਸਮਝਾਉਂਦਿਆਂ ਵੀ ਗੁਰੂ ਪਾਤਸ਼ਾਹ ਨੇ ਆਖਣਾ ਕੀਤਾ ਸੀ, ਐ ਬਾਦਸ਼ਾਹ ਐ ਕਹਿਰੂ, ਇਹ ਦਮੜਾ ਤਿਸੀ ਕਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਖੁਦਾਏ ਰੋਜਾਏ। ਕਹਿੰਦੇ ਭਾਈ ਇਹ ਦਮੜਾ ਉਹਦਾ ਹੀ ਹੈ, ਮਾਇਆ ਉਹਦੀ ਹੈ, ਜਿਹੜਾ ਇਹਨੂੰ ਖਾ ਖਰਚ ਲੈਂਦਾ ਹੈ, ਵਰਤ ਲੈਂਦਾ ਹੈ, ਅਤੇ ਨਹੀਂ ਤਾਂ ਉੱਦਾਂ ਹੀ ਰਹਿ ਜਾਂਦੀ ਹੈ। ਇਸੇ ਕਰਕੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ, ਸਾਨੂੰ ਸਮਝਾਉਣਾ ਕੀਤਾ ਹੈ ਭਾਈ, ਵੀ ਜਿਹੜਾ ਸੱਚ ਹੈ, ਆਮ ਹੀ ਕਹਿੰਦੇ ਵੀ ਹੱਕ ਸੱਚ ਦੀ ਕਮਾਈ ਭਾਈ ਕੰਮ ਆਉਂਦੀ ਹੈ। ਬੜਿਆ ਤੋਂ ਸੁਣਦੇ ਹਾਂ, ਕਈ ਵਾਰ ਕੋਈ ਵਾਅਦ ਘਾਟ ਹੋ ਜਾਂਦਾ, ਅਗਲਾ ਕਹਿੰਦਾ ਜੇ ਹੱਕ ਦਾ ਹੋਵੇਗਾ ਭਾਈ ਮਿਲ ਜਾਵੇਗਾ, ਮਿਲ ਜਾਂਦਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਹੈ ਵੀ ਸੱਚ ਦਾ ਵਪਾਰ ਕਰਨਾ, ਜਿਹੜੇ ਰੱਬ ਦੇ ਪਿਆਰੇ ਆ, ਸੰਤੋ ਵਾਂਝਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ। ਹਰੀ ਦੇ ਨਾਮ ਦੇ ਵਪਾਰੀ, ਨਾਮ ਦਾ ਵਪਾਰ ਕਰਨਾ, ਅਤੇ ਰਹੁ ਵਿਚਾਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਾਂ ਅੱਠ ਪੌੜੀਆਂ ਸਰਵਣ ਕੀਤੀਆਂ ਸ਼ਬਦ ਦੀਆਂ। ਅੱਠਵੀਂ ਪੌੜੀ, ਪ੍ਰੇਮ ਪਦਾਰਥ ਲਹੇ ਅਮੋਲੋ, ਕਭੀ ਨਾ ਘਾਟ ਸਪੂਰਾ ਤੋਲੋ, ਸੱਚੇ ਕਾ ਵਪਾਰੀ ਹੋਵੇ ਸੱਚੋ ਸੌਦਾ ਪਾਈ ਦਾ। ਇੱਥੋਂ ਤਾਈਂ ਆਪਾਂ ਪੜ੍ਹਿਆ ਕੱਲ੍ਹ ਵਿਚਾਰ ਸਾਹਿਤ, ਪਾਤਸ਼ਾਹ ਕਹਿੰਦੇ ਪ੍ਰੇਮ ਪਦਾਰਥ ਲਹੋ ਅਮੋਲੋ, ਕਹਿੰਦੇ ਜਿਹੜਾ ਸੱਚ ਪਦਾਰਥ ਹੈ, ਨਾਮ ਹੈ ਭਾਈ, ਪ੍ਰੇਮ ਅੰਦਰ ਹੋਵੇ, ਪ੍ਰੇਮ ਦੁਆਰਾ ਇਹਦੀ ਪ੍ਰਾਪਤੀ ਹੁੰਦੀ ਹੈ। ਪ੍ਰੇਮ ਤੋਂ ਬਿਨਾਂ ਨਾ ਸੱਚੇ ਦੀ ਪ੍ਰਾਪਤੀ ਹੈ, ਨਾ ਸੱਚ ਦੀ ਪ੍ਰਾਪਤੀ ਹੈ। ਸੱਚਾ ਵਾਹਿਗੁਰੂ ਪਰਮੇਸ਼ਰ ਅਤੇ ਸੱਚ ਉਹਦਾ ਨਾਮ।
ਪ੍ਰਾਪਤੀ ਨਹੀਂ ਹੈ ਪ੍ਰੇਮ ਤੋਂ ਬਿਨਾਂ। ਇਸੇ ਕਰਕੇ ਬਾਜਾਂ ਬਾਲੇ ਦੇ ਬਚਨ ਆਪਾਂ ਪੜ੍ਹਦੇ ਹਾਂ, ਸਾਹਿਬਾਂ ਨੇ ਆਖਣਾ ਕੀਤਾ, ਸਤਿਗੁਰੂ ਜੀ ਕਹਿੰਦੇ ਆ, ਸੱਚ ਕਹੋ ਸੁਣ ਲਿਹੋ ਸਭ, ਜਿਨ ਪ੍ਰੇਮ ਕੀਓ ਤਨ ਹੀ ਪ੍ਰਾ ਪਾਇਓ। ਜਿਨ੍ਹਾਂ ਨੇ ਪ੍ਰੇਮ ਬਣਾਇਆ ਅੰਦਰ, ਉਹਨਾਂ 'ਤੇ ਰਹਿਮਤ ਹੋਈ। ਇਹ ਕਿੱਥੋਂ ਪੈਦਾ ਹੁੰਦਾ ਪ੍ਰੇਮ? ਬਾਬਾ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਬਾਣੀ ਵਿੱਚ ਇਹ ਸਭ ਕੁਝ ਦੱਸਿਆ ਮਾਲਕ ਨੇ। ਕੋਈ ਸਵਾਲ ਨਹੀਂ ਰੱਖਿਆ ਵੀ ਐਵੇਂ ਸਵਾਲ ਜੇ ਕਰਤੇ ਉੱਤਰ ਨਾ ਦਿੱਤਾ ਹੋਵੇ, ਕੋਈ ਐਵੇਂ ਭਰਮਾਂ 'ਚ ਪਾਤਾ ਭੁਲੇਖਾ ਕੱਢਿਆ ਨਾ ਹੋਵੇ, ਕੋਈ ਐਸੀ ਕੋਈ ਵਾਰਤਾ ਨਹੀਂ ਪਾਤਸ਼ਾਹ ਨੇ ਬਚਨ ਕੀਤਾ। ਜੋ ਜੋ ਬਚਨ ਕੀਤੇ ਅਤੇ ਨਾਲ ਸਮਝਾਇਆ ਵੀ ਹੈ। ਹੁਣ ਪ੍ਰੇਮ ਕਹਿ ਦਿੱਤਾ ਵੀ ਪ੍ਰੇਮ ਤੋਂ ਬਿਨਾਂ ਗੱਲ ਨਹੀਂ ਬਣਦੀ। ਪ੍ਰੇਮ ਪੈਦਾ ਕਿੱਥੋਂ ਹੁੰਦਾ? ਉਹ ਪ੍ਰੇਮ ਜਿਹੜੇ ਪ੍ਰੇਮ ਨਾਲ ਪਿਆਰੇ ਦੀ ਪ੍ਰਾਪਤੀ ਹੁੰਦੀ ਹੈ। ਅਤੇ ਦੱਸਣਾ ਕੀਤਾ ਬਾਣੀ ਦੇ ਵਿੱਚ ਹੀ, ਸਾਹਿਬ ਜੀ ਕਹਿ ਰਹੇ ਨੇ ਵੀ ਆ ਪਿਆਰਿਓ, ਇਹ ਸਾਧ ਸੰਗਤ ਦੇ ਵਿੱਚੋਂ ਪ੍ਰੇਮ ਪੈਦਾ ਹੁੰਦਾ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਕਹਿ ਰਹੇ ਨੇ ਬਾਬਾ ਜੀ। ਕਹਿੰਦੇ ਸਾਧ ਸੰਗਤ ਤੋਂ ਬਿਨਾਂ ਸੱਚਾ ਪ੍ਰੇਮ ਪੈਦਾ ਅੰਦਰ ਨਹੀਂ ਹੁੰਦਾ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭੈ ਬਿਨ ਭਗਤ ਨਹੀਂ ਹੋਏ ਤੇਰੀ। ਭੈ ਭਾਵਨਾ ਤੋਂ ਬਿਨਾਂ ਭਗਤੀ ਨਹੀਂ ਗਿਣੀ ਜਾਂਦੀ ਮਾਲਕ ਦੀ। ਜੇ ਅੰਦਰ ਪ੍ਰੇਮ ਨਹੀਂ, ਉੱਦਾਂ ਹੀ ਅਸੀਂ ਭਗਤੀ ਵਿੱਚ ਬੈਠੇ ਹੋਈਏ, ਕੋਈ ਵੀ ਕੁਛ ਜਪਦੇ ਹੋਈਏ ਆਪਾਂ, ਕੋਈ ਰਾਮ ਕਹੇ, ਕੋਈ ਅੱਲਾ ਕਹੇ, ਕੋਈ ਖੁਦਾ ਕਹੇ, ਕੋਈ ਵਾਹਿਗੁਰੂ ਕਹੇ, ਕੋਈ ਗੋਡ ਕਹੇ, ਕੁਛ ਵੀ ਕਹੇ, ਜੇ ਪ੍ਰੇਮ ਨਹੀਂ ਹੈ ਅੰਦਰ ਤਾਂ ਗੱਲ ਨਹੀਂ ਬਣਦੀ। ਇਸੇ ਕਰਕੇ ਪਾਤਸ਼ਾਹ ਕਹਿੰਦੇ ਆ, ਭਾਉ ਬਿਨ ਭਗਤ ਨਹੀਂ ਹੋਏ ਤੇਰੀ। ਭਾਉ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਗਿਣੀ ਜਾਂਦੀ। ਇਸੇ ਕਰਕੇ ਪਾਤਸ਼ਾਹ ਕਹਿੰਦੇ, ਜਿਹੜੇ ਸੱਚ ਨਾਲ ਜੁੜਿਆ ਭਾਈ ਸੱਚੇ ਕਾ ਵਪਾਰੀ ਹੋਵੇ। ਸੱਚ ਕਰਕੇ ਜੁੜਿਆ, ਜਿਹੜਾ ਸੱਚ ਨਾਲ ਜੁੜਿਆ, ਸਤਨਾਮ ਨਾਲ ਜੁੜਿਆ, ਪ੍ਰੇਮ ਦੁਆਰਾ ਜੁੜਿਆ, ਪਾਤਸ਼ਾਹ ਕਹਿੰਦੇ ਸੱਚੋ ਸੌਦਾ ਪਾਈ ਦਾ, ਉਹ ਸੱਚੇ ਸੌਦੇ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹਨੂੰ ਸੱਚ ਪ੍ਰਾਪਤ ਹੋ ਜਾਂਦਾ, ਸੱਚਾ ਮਾਲਕ ਮਿਲ ਜਾਂਦਾ ਹੈ। ਸਰੋ ਵਿਚਾਰ ਆਓ, ਅੱਗੇ ਆਪਾਂ ਚਾਰ ਪੌੜੀਆਂ ਦਾ ਜਾਪ ਜੋ ਸਰਵਣ ਕੀਤਾ ਹੈ, ਇਹਨਾਂ ਵਿੱਚ ਸਤਿਗੁਰੂ ਜੀ ਜੋ ਕਿਰਪਾ ਕਰ ਰਹੇ ਨੇ ਸਮਝਾਉਂਦੇ ਹਨ, ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਸੱਚਾ ਸੌਦਾ ਬਿਰਲਾ ਕੋ ਪਾਏ, ਪੂਰਾ ਸਤਿਗੁਰ ਮਿਲ ਮਲਾਈ, ਗੁਰਮੁਖ ਹੋਏ ਸੋ ਹੁਕਮ ਪਸਾਣੈ, ਮਨ ਹੁਕਮ ਸਮਾਈਂਦਾ। ਪਾਤਸ਼ਾਹ ਕਹਿੰਦੇ ਆ, ਸੱਚਾ ਸੌਦਾ ਬਿਰਲਾ ਕੋ ਪਾਏ। ਕਹਿੰਦੇ ਭਾਈ, ਸੱਚ ਦਾ ਸੌਦਾ ਜਿਹੜਾ, ਇਹਨੂੰ ਕੋਈ ਬਿਰਲਾ ਹੀ ਪਾਉਂਦਾ ਹੈ। ਹਰ ਇੱਕ ਦੇ ਵੱਸ ਦੀ ਗੱਲ ਨਹੀਂ ਸੱਚ ਸੌਦਾ ਲੈਣਾ, ਕਿਉਂਕਿ ਸੱਚਾ ਪਾਤਸ਼ਾਹ ਕਹਿੰਦੇ, ਸੱਚ ਬੋਲਣਾ ਔਖਾ, ਸੱਚ ਸੁਣਨਾ ਔਖਾ ਭਾਈ, ਸੱਚ ਨਾਲ ਬਤੀਰਾ ਕਰਨਾ ਵੀ ਔਖਾ ਹੀ, ਇਸ ਦਾ ਸਮਝਦੇ ਆ। ਪਾਤਸ਼ਾਹ ਨੇ ਐਵੇਂ ਨਹੀਂ ਬਚਨ ਕੀਤੇ, ਸਾਹਿਬ ਕਹਿੰਦੇ ਨੇ, ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਹੈ ਔਖਾ ਬਹੁਤ ਹੈ, ਪਰ ਨਾਲ ਇਹ ਕਹਿਤਾ ਪਾਤਸ਼ਾਹ ਨੇ ਬਈ, ਆਖਣ ਤੋਂ ਬਿਨਾਂ ਭਾਈ, ਸੱਚ ਤੋਂ ਬਿਨਾਂ ਜੀਵਨ ਵੀ ਕੋਈ ਨਹੀਂ ਹੈ। ਸੱਚੇ ਨਾਮ ਤੋਂ ਬਿਨਾਂ ਜੀਵਨ ਵੀ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ, ਆਖਾਂ ਜੀਵਾਂ, ਤਾਂ ਕਹਿੰਦੇ ਆ ਪਾਤਸ਼ਾਹ, ਜੇ ਕਹਿੰਦੇ ਆਖਦੇ ਹਾਂ, ਜੇ ਜਪਦੇ ਹਾਂ, ਜੇ ਬੋਲਦੇ ਹਾਂ ਸੱਚ, ਤਾਂ ਸਾਡਾ ਜੀਵਨ ਹੈ।
ਜੇ ਨਹੀਂ ਆਖਦੇ ਤਾਂ ਮੌਤ ਹੈ, ਸੱਚ ਨਾਲੋਂ ਟੁੱਟਿਆ ਤਾਂ ਮੌਤ ਹੀ ਹੈ, ਜ਼ਮੀਰੀ ਮੌਤ ਆ ਜਾਂਦੀ ਹੈ। ਝੂਠ ਕੌਣ ਬੋਲਦਾ, ਆਮ ਹੀ ਕਹਿ ਵੀ ਜਿਹਦੀ ਜ਼ਮੀਰ ਮਰ ਗਈ। ਬੜਿਆਂ ਨੂੰ ਤਾਂ ਤਾਨਾ ਵੀ ਦਿੱਤਾ ਜਾਂਦਾ, ਪਰ ਜਮਾਂ ਤੂੰ ਤਾਂ ਭਾਈ ਤੇਰੇ ਤਾਂ ਜ਼ਮੀਰ ਹੀ ਮਰ ਗਈ, ਸੱਚ ਬੋਲਣ ਦਾ ਤੇਰੇ ਵਿੱਚ ਸਾਹਸ ਨਹੀਂ ਰਿਹਾ। ਇਸੇ ਕਰਕੇ ਪਾਤਸ਼ਾਹ ਜੀ ਇਹ ਸਮਝਾਉਂਦੇ ਆ ਸਾਨੂੰ ਵੀ ਪਿਆਰਿਓ, ਜੇ ਤਾਂ ਸੱਚ ਨਾਲ ਜੁੜੇ ਹਾਂ, ਸੱਚ ਸਾਡੇ ਅੰਦਰ ਕਿਣਕਾ ਮਾਤਰ ਹੈ, ਤਾਂ ਸਾਡਾ ਜੀਵਨ ਹੈ, ਜਿਉਂਦੇ ਗਿਣੇ ਜਾਂਦੇ ਹਾਂ। ਨਹੀਂ ਤਾਂ ਫਿਰ ਉਹ ਹਾਲਤ ਹੈ ਜੋ ਆਮ ਕਿਹਾ ਜਾਂਦਾ ਵੀ ਕਾਹਦੀ ਪਾਈ ਜ਼ਿੰਦਗੀ, ਤੁਰੇ ਫਿਰਦਿਆਂ ਹਾਲ ਕੋਈ ਨਹੀਂ ਹੈ, ਮੁਰਦਾ ਹੀ ਜੀਵਨ ਤੁਰਿਆ ਫਿਰਦਾ ਹੈ। ਇਸੇ ਕਰਕੇ ਸੋ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਵਿਰਲੇ ਹੈ ਜਿਹੜੇ ਸੱਚ ਦਾ ਸੌਦਾ ਹੈ ਖਰੀਦਦੇ ਹਨ, ਸੱਚਾ ਸੌਦਾ ਕਰਦੇ ਹੈ, ਖਰਾ ਸੌਦਾ ਕਰਦੇ ਹੈ। ਸੱਚੇ ਸੌਦੇ ਦੀ ਵੈਸੇ ਆਪਾਂ ਵਾਰਤਾ ਇੱਕੋ ਹੀ ਜਾਣਦੇ ਹਾਂ ਨਾ, ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ 20 ਰੁਪਏ ਦਿੱਤੇ ਪਿਤਾ ਕਾਲੂ ਜੀ ਨੇ, ਕਲਿਆਣਦਾਸ ਜੀ ਨੇ, ਵੀ ਲੈ ਪਿਆਰਿਆ ਪੁੱਤਰਾ ਸੱਚਾ ਸੌਦਾ ਕਰਕੇ ਆ। ਅਤੇ ਉਹ ਸੱਚਾ ਸੌਦਾ ਆਪਾਂ ਪੜ੍ਹਦੇ ਹਾਂ ਵੀ ਝੂੜ ਕਾੜੇ ਜਾ ਕੇ ਸਾਹਿਬ ਜੀ ਨੇ ਰਸਤ ਵਸਤ ਲੈ ਕੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ। ਆਪਾਂ ਕਹਿੰਦੇ ਜੀ ਸੱਚਾ ਸੌਦਾ ਕੀਤਾ ਮੇਰੇ ਵਾਹਿਗੁਰੂ ਸਤਿਗੁਰਾਂ ਨੇ, ਸੱਚਾ ਸੌਦਾ। ਭਾਵ ਇਹ ਤਾਂ ਇੱਕ ਉਪਦੇਸ਼ ਹੈ ਸਾਨੂੰ ਵੀ ਭਾਈ ਲੋੜਵੰਦ ਦੀ ਲੋੜ ਪੂਰਤੀ ਕਰਨੀ ਚਾਹੀਦੀ ਹੈ, ਅਤੇ ਸਤਿਗੁਰਾਂ ਨੇ ਭਾਵ ਕੇ ਸੱਚਾ ਸੌਦਾ ਕਰਨ ਲਈ ਵੀ ਸਾਨੂੰ ਆਖਣਾ ਕੀਤਾ ਵੀ ਹੈ ਪਿਆਰਿਓ ਸੱਚ ਦਾ ਸੌਦਾ ਕਰੋ। ਪਰ ਸੌਦਾ ਕੀ ਹੈ, ਜੇ ਉੱਦਾਂ ਸੌਦਾ ਸਾਡੇ ਵਾਲਾ ਕਰੀਏ ਇਉਂ ਨਹੀਂ ਹੁੰਦਾ, ਹੁੰਦਾ ਸੱਚ ਖਰੀਦਿਆ ਨਹੀਂ ਜਾਂਦਾ, ਜਿਹੜਾ ਸੱਚਾ ਬੰਦਾ ਉਹ ਕਦੇ ਵੀ ਨਹੀਂ ਖਰੀਦਿਆ ਜਾਂਦਾ ਜਿਹੜਾ ਸੱਚ ਨਾਲ ਜੁੜਿਆ ਹੋਇਆ, ਨਹੀਂ ਤਾਂ ਖਰੀਦੋ ਬਰੋਸ਼ੀ ਹੁੰਦੀ ਆ ਸਾਰੇ ਪਾਸੇ ਹੀ। ਅੱਜ ਤਨ ਖਰੀਦੇ ਜਾਂਦੇ ਨੇ ਗੁਰੂ ਪਿਆਰਿਓ, ਬੜਾ ਕੁਝ ਖਰੀਦਿਆ ਜਾਂਦਾ, ਪਰ ਸੱਚ ਹੈ ਜਿਹੜਾ, ਸੱਚ ਦੀ ਖਰੀਦਦਾਰੀ ਨਹੀਂ ਹੈ। ਪਰ ਇੱਥੇ ਭਾਵ ਕੀ ਹੈ, ਇੱਥੇ ਸੱਚ ਸੌਦੇ ਦਾ ਭਾਵ ਕੀ ਹੈ, ਬਈ ਭਾਈ ਸੱਚਾ ਸੌਦਾ ਕਰੋ, ਖਰਾ ਕੰਮ ਕਰੋ, ਚੰਗੇ ਕਰਮ ਕਰੋ। ਪਰ ਪਾਤਸ਼ਾਹ ਕੀ ਕਹਿੰਦੇ ਹੈ, ਐਸਾ ਸੱਚਾ ਸੌਦਾ ਹੈ ਜਿਹੜਾ ਕੋਈ ਬਿਰਲਾ ਕਰਦਾ, ਸੱਚਾ ਸੌਦਾ ਬਿਰਲਾ ਕੋ ਪਾਏ। ਪਾਤਸ਼ਾਹ ਕਹਿੰਦੇ ਪੂਰਾ ਸਤਿਗੁਰ ਮਿਲੇ ਮਲਾਏ, ਜੇ ਪੂਰੇ ਦੀ ਕਿਰਪਾ ਹੋ ਜਾਵੇ ਭਾਈ ਤਾਂ ਗੁਰੂ ਸਾਹਿਬ ਜੀ ਸੱਚਾ ਸੌਦਾ ਕਰਨ ਦੀ ਸਾਨੂੰ ਜਾਚਨਾ ਦਿੰਦੇ ਆ, ਗੁਰੂ ਕੋਲੋਂ ਜਾਚਨਾ ਆਉਂਦੀ ਹੈ ਵੀ ਸੱਚਾ ਸੌਦਾ ਭਾਈ ਕਿਵੇਂ ਕਰਨਾ ਹੈ। ਨਹੀਂ ਤਾਂ ਚੁਬੜੇ ਬੇਅੰਤ ਸੱਚੇ ਸੌਦੇ ਵੀ ਝੂਠੇ ਸੌਦੇ ਹੋਈ ਜਾਂਦੇ ਆ। ਜੇ ਸਮਝ ਨਾ ਹੈ ਸਾਨੂੰ, ਗੁਰੂ ਸਾਹਿਬ ਦੇ ਕੋਲੋਂ ਸਮਝ ਲਵਾਂਗੇ ਤੇ ਸੱਚ ਦਾ ਸੌਦਾ ਸਾਨੂੰ ਕਰਨਾ ਆ ਜਾਏਗਾ। ਸੱਚ ਦਾ ਸੌਦਾ ਦੇਖੋ, ਉਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਲੇ ਪਹਿਲਾਂ ਵੀ ਆਪਾਂ ਬਚਨਾਂ 'ਚ ਸਾਂਝ ਪਾਈ ਹੈ ਵੀ ਸੱਚਾ ਸੌਦਾ 20 ਰੁਪਏ ਦਾ ਕੀਤਾ। ਅੱਜ ਸਾਰੀ ਦੁਨੀਆ ਕਹਿੰਦੀ ਆ ਵੀ ਬਾਬੇ ਨਾਨਕ ਦੇ 20 ਰੁਪਈਏ ਅਜੇ ਤੱਕ ਉਦਾਂ ਹੀ ਮੂਲ ਪਏ ਨੇ, ਵਿਆਜ 'ਤੇ ਹੀ ਸਾਰਾ ਕੰਮ ਚੱਲੀ ਜਾਂਦਾ, ਕਿੰਨੇ ਲੰਗਰ ਚੱਲ ਰਹੇ ਨੇ, ਕਿੰਨੀਆਂ ਸਵਾਵਾਂ ਚੱਲ ਰਹੀਆਂ ਨੇ। ਭਾਵ ਕਿ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਹੈ ਸਾਨੂੰ ਸਮਝਾਉਣ ਲਈ ਵੀ ਪਿਆਰਿਓ ਜੇ ਕਿਤੇ ਇਹੋ ਜਿਹਾ ਕਦੇ ਕੰਮ ਲੋੜ ਪਏ, ਇਹੋ ਜਿਹਾ ਸੌਦਾ ਕਰਨ ਦੀ ਕਰ ਲਈਏ, ਘਾਟ ਨਹੀਂ ਆਉਂਦੀ, ਉਹ ਜਮ੍ਹਾਂ ਹੋ ਜਾਂਦਾ ਗੁਰੂ ਦੇ ਦਰ 'ਤੇ, ਅਤੇ ਗਾਂਹ ਫਿਰ ਉਹਦਾ ਬੜਾ ਸਰਕਲ ਘੁੰਮਦਾ।
ਇਸੇ ਕਰਕੇ ਸਾਹਿਬਾਂ ਨੇ ਆਖਣਾ ਕੀਤਾ ਵੀ ਭਾਈ ਤਿੰਨ ਬਚਨ ਆਪਾਂ ਜੋ ਪੜ੍ਹਦੇ ਹਾਂ, ਸਾਹਿਬਾਂ ਦੇ ਕਿਰਤ ਕਰੋ, ਵੰਡ ਸਕੋ, ਨਾਮ ਜਪੋ। ਇਹ ਗਹਿਰਾਈਆਂ ਨੇ, ਗਹਿਰੀਆਂ ਰਮਜ਼ਾਂ ਨੇ ਸਾਡੇ ਜੀਵਨ ਦੀਆਂ, ਜੇ ਕਿਤੇ ਸਮਝ ਵਿੱਚ ਆ ਜਾਣ ਸਾਡੇ। ਇਸੇ ਕਰਕੇ ਸਾਹਿਬਾਂ ਮਿਹਰ ਕਰ ਰਹੇ ਨੇ ਸਾਨੂੰ ਸਮਝਾਉਂਦਿਆਂ ਵੀ ਪੂਰਾ ਸਤਿਗੁਰ ਮਿਲੇ ਮਿਲਾਏ ਹੈ ਭਾਈ, ਜੇ ਪੂਰੇ ਸਤਿਗੁਰੂ ਨਾਲ ਮਿਲਾਂਗੇ ਤਾਂ ਸਤਿਗੁਰੂ ਜੀ ਇਹੋ ਜਿਹੇ ਸੌਦੇ ਕਰਨ ਦੀ ਜਾਚਨਾ ਦੇ ਦਿੰਦੇ ਆ ਸਤਿਗੁਰੂ ਜੀ। ਪਰ ਗੁਰੂ ਕੇ ਮੇਲ ਦੁਬਾਰਾ ਬੜੀ ਵਾਰ ਸਾਡੇ ਮਨਾਂ ਵਿੱਚ ਹੁੰਦਾ ਵੀ ਅਸੀਂ ਭਾਈ ਚੰਗੇ ਕੰਮ ਹੀ ਕਰਦੇ ਹਾਂ, ਕੀ ਆ ਜੇ ਗੁਰੂ ਨਾਲ ਨਹੀਂ ਮਿਲੇ, ਜੇ ਬਾਣੀ ਨਹੀਂ ਪੜ੍ਹਦੇ ਜਾਂ ਬਾਣੀ ਨਹੀਂ ਸੁਣਦੇ, ਸੰਗਤ ਨਹੀਂ ਕਰਦੇ, ਕੀ ਹੈ। ਪਰ ਕਈ ਵਾਰ ਗੁਰੂ ਪਿਆਰਿਓ ਸਾਨੂੰ ਭੁਲੇਖਾ ਹੁੰਦਾ ਸੀ, ਕਰਮ ਤਾਂ ਆਪਣੇ ਜਾਣੀ ਚੰਗਾ ਕਰਦੇ ਹੁੰਦੇ ਹਾਂ ਪਰ ਉਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ, ਕਿਸੇ ਮਹਿਣੇ ਨਹੀਂ ਰਖਾਉਂਦਾ, ਕਿਉਂਕਿ ਇਹੋ ਜਿਹੇ ਕਰਮਾਂ ਵਿੱਚ ਵੀ ਬੜੀ ਵਾਰ ਸਾਨੂੰ ਮਾਣ ਹੰਕਾਰ ਹੋ ਜਾਂਦੇ ਹੈ ਵੀ ਮੈਂ ਤਾਂ ਜੀ ਇੱਦਾਂ ਕਰਦਾ। ਇਹ ਵੀ ਇੱਕ ਮਾਣ ਹੀ ਹੈ, ਸੂਖਮ ਮਾਣ ਬੜੇ ਨੇ ਸਾਨੂੰ, ਜਿਹਨਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਬੜੇ ਕਹਿਣਗੇ ਫਿਰ ਕੀ ਆ ਜੀ, ਅਸੀਂ ਸੰਗਤ ਨਹੀਂ ਕਰਦੇ, ਅਸੀਂ ਬਾਣੀ ਨਹੀਂ ਪੜ੍ਹਦੇ, ਅਸੀਂ ਦਾਨ ਪੁੰਨ ਬੜਾ ਕਰਦੇ ਹਾਂ, ਅਸੀਂ ਲੋੜਵੰਦਾਂ ਦੀ ਸਹਾਇਤਾ ਵੀ ਕਰ ਦਿੰਦੇ ਹਾਂ, ਅਸੀਂ ਆਹ ਵੀ ਕਰਦੇ ਹਾਂ, ਉਹ ਵੀ ਕਰਦੇ। ਅੱਜ ਤਾਂ ਹਾਲ ਹੀ ਐਸਾ ਵੇਖਦੇ ਹਾਂ ਨਾ ਵੀ ਮਾੜਾ ਜਿਹਾ ਕਿਸੇ ਨੂੰ ਕੋਈ ਕੁਝ ਦਿੰਦਾ ਕਿ ਨਾ, ਜਦੀ ਮੂਵੀਆਂ ਬਣਾਉਣੀਆਂ, ਫੋਟੋਆਂ ਖਿੱਚਣੀਆਂ, ਜਰੀ ਨਿੱਟਾਂ 'ਤੇ ਚਾੜ ਦੇਣੀਆਂ, ਬਈ ਫਲਾਣੇ ਨੇ ਜੀ ਫਲਾਣੇ ਨੂੰ ਆਹ ਕੁਝ ਦਿੱਤਾ, ਫਲਾਣੇ ਨੇ ਜੀ ਫਲਾਣੇ ਦੀ ਆਹ ਸਹਾਇਤਾ ਕੀਤੀ ਹੈ, ਕਾਹਦੀਆਂ ਸਹਾਇਤਾ ਨੇ ਸਾਡੀਆਂ। ਅਤੇ ਅਗਲੇ ਦਾ ਤਾਂ ਗੁਰੂ ਪਿਆਰਿਓ ਕੀ ਕਰ ਦਿੰਦੇ ਹਾਂ, ਜ਼ਿੰਦਗੀ ਬਰਬਾਦ ਕਰਦੇ ਹਾਂ, ਕਿਉਂਕਿ ਉਹ ਵੀ ਭਾਵ ਕੇ ਭਾਈਚਾਰੇ ਵਿੱਚ ਆਪਣੇ 'ਚ ਰਹਿੰਦਾ ਗੁਰੂ ਪਿਆਰਿਓ, ਉਹਦੇ ਵੀ ਦੂਰ ਤੱਕ ਨਾਤੇ ਨੇ ਅਤੇ ਸਾਰੇ ਪਾਸੇ ਉਹ ਘੁੰਮਦਾ ਫਿਰਾਂਦਾ, ਵੇਖ ਕੇ ਨਾ ਲੈ ਵੀ ਇਹਨੂੰ ਤਾਂ ਫਲਾਣੇ ਨੇ ਆਹ ਕੁਝ ਦਿੱਤਾ, ਇੰਨੇ ਜੋਗਾ ਬਣੀ ਹੈ। ਭਾਵ ਅਗਲੇ ਦੀ ਬੇਇੱਜ਼ਤੀ ਕਰਨਾ ਅਸੀਂ ਦਾਨ ਸਮਝਿਆ ਹੋਇਆ, ਮਾਫ਼ ਕਰਨਾ। ਪਰ ਸਤਿਗੁਰੂ ਜੀ ਕੀ ਕਹਿੰਦੇ ਆ ਬਾਣੀ ਦੇ ਵਿੱਚ, ਸਾਹਿਬਾਂ ਕਹਿੰਦੇ ਆ ਬਈ ਜੇ ਅਸੀਂ ਭਾਈ ਇਹੋ ਜਿਹੇ ਪੁੰਨ ਦਾਨ ਵੀ ਕਰਦੇ ਹਾਂ, ਤੀਰਥ ਤਪ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਹ ਭਲ ਜਾਤ ਤੇ, ਜਿਉਂ ਕੁੰਚਰ ਇਸਨਾਨ। ਪਾਤਸ਼ਾਹ ਕਹਿੰਦੇ ਆ ਵੀ ਆ ਭਲਿਆ, ਭਾਵੇਂ ਤੂੰ ਤੀਰਤਾ 'ਤੇ ਜਾ ਰਿਹਾ ਹੈ, ਭਾਵੇਂ ਤੂੰ ਤਪਸਵੀ ਅਖਵਾਉਣਾ ਹੈ, ਭਾਵੇਂ ਤੂੰ ਦਾਨੀ ਅਖਵਾਉਣਾ ਹੈ, ਪਰ ਜੇ ਮਨ ਦੇ ਵਿੱਚ ਮਾਣ ਰੱਖਿਆ ਹੋਇਆ ਨਾ ਤਾਂ ਸਾਹਿਬਾ ਕਹਿੰਦੇ ਹਾਥੀ ਤੋਂ ਵੱਧ ਕੇ ਤੇਰਾ ਜੀਵਨ ਨਹੀਂ ਹੈ। ਹਾਥੀ ਇਸਨਾਨ ਕਰਦਾ, ਕਹਿੰਦੇ ਇਸਨਾਨ ਕਰਕੇ ਉਹਦੀ ਆਦਤ ਹੈ, ਉੱਥੋਂ ਹੀ ਕਹਿੰਦੇ ਚਿੱਕੜ ਦਾ ਸੁੰਡ ਭਰ ਲੈਂਦਾ ਅਤੇ ਆਪਣੇ ਉੱਪਰ ਸੁੱਟ ਲੈਂਦਾ, ਭਾਵ ਕਿ ਉਦੋਂ ਵੱਧ ਲਿਬੜ ਜਾਂਦਾ ਹੈ। ਜੇ ਚਿੱਕੜ ਨਹੀਂ ਤਾਂ ਬਾਹਰੇ ਪੱਸੀ ਅਡਾਉਂਦਾ, ਕਹਿੰਦੇ ਭਾਵ ਕਿ ਉਹ ਉੱਦਾਂ ਹੀ ਆਪਣੇ ਆਪ ਨੂੰ ਲਵੇੜ ਲੈਂਦਾ ਹੈ। ਅਤੇ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਇਹ ਪਿਆਰਿਆ, ਜੇ ਤੇਰੇ ਅੰਦਰ ਮਾਣ ਹੰਕਾਰ ਹੈ ਨਾ ਤਾਂ ਸਾਹਿਬ ਕਹਿੰਦੇ ਵੀ ਇੱਕ ਪਸ਼ੂ ਦੀ ਨਿਆਈ ਹੈ, ਉਹ ਪਸ਼ੂ ਹਾਥੀ। ਪਾਤਸ਼ਾਹ ਜੀ ਕਹਿੰਦੇ ਆਹੀ ਇਦੋਂ ਵੱਧ ਕੇ ਕੁਝ ਨਹੀਂ ਹੈ। ਇਸੇ ਕਰਕੇ ਸਾਹਿਬਾ ਕਿਰਪਾ ਕਰਦੇ ਆ ਬਈ ਇਹ ਪਿਆਰਿਆ, ਗੁਰਬਾਣੀ ਨਾਲ ਜੁੜ, ਗੁਰੂ ਸਾਹਿਬ ਨਾਲ ਜੁੜ, ਗੁਰੂ ਤੋਂ ਮਤ ਲੱਭੇਗਾ, ਤੈਨੂੰ ਜਾਚਨਾ ਆਜੂ ਵੀ ਕਿੱਦਾਂ ਚੱਲਣਾ ਸੰਸਾਰ ਵਿੱਚ, ਕਿਵੇਂ ਦਾਨ ਵੀ ਜੇ ਕਿਤੇ ਮਾਲਕ ਨੇ ਕਿਰਪਾ ਕੀਤੀ ਹੈ, ਕੁਝ ਕੋਲੇ ਹੈ ਅੱਗੇ ਵਰਤਾਉਣਾ, ਅਤੇ ਸਤਿਗੁਰੂ ਜੀ ਜਾਚਨਾ ਦਿੰਦੇ ਆ ਕਿਵੇਂ ਵਰਤਾਈ ਦਾ ਹੁੰਦਾ।
ਕਿਵੇਂ ਕਰਕੇ ਸਹਾਇਤਾ ਕਰੀ ਦੀ ਹੈ, ਕਿਵੇਂ ਕਰਕੇ ਪੋਨੀ ਬਣੀ ਦਾ। ਅਤੇ ਇਸੇ ਕਰਕੇ ਸਾਹਿਬਾ ਕਹਿੰਦੇ ਆ ਪੂਰਾ ਸਤਿਗੁਰ ਮਿਲਿਆ ਮਿਲਾਏ। ਅਤੇ ਅੱਗੇ ਪਾਤਸ਼ਾਹ ਕਹਿੰਦਾ ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਨ ਹੈ ਹੁਕਮ ਸਮਾਏ ਦਾ। ਪਾਤਸ਼ਾਹ ਕਹਿੰਦੇ ਜਦੋਂ ਗੁਰੂ ਸਾਹਿਬ ਨਾਲ ਜੁੜੀਦਾ ਗੁਰਮੁਖ ਹੋਏ, ਕਿਉਂਕਿ ਪਾਤਸ਼ਾਹ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਸਾਹਿਬ ਨਾਲ ਭਾਈ ਜੁੜੀਦਾ ਅਤੇ ਸਮਝ ਆਉਂਦੀ ਹੈ। ਅਤੇ ਇੱਥੇ ਸਾਹਿਬਾ ਕਹਿੰਦਾ ਗੁਰਮੁਖ ਹੋਏ ਸੋ ਹੁਕਮ ਪਛਾਣੇ, ਜਿਹੜਾ ਗੁਰੂ ਸਾਹਿਬ ਨਾਲ ਜੁੜਦਾ ਉਹ ਹੁਕਮ ਨੂੰ ਸਮਝਦਾ ਮਾਲਕ ਦੇ ਨੂੰ, ਬਈ ਹੁਕਮ ਕੀ ਹੈ ਸਾਡੇ ਲਈ ਭਾਈ। ਹੁਣ ਹੁਕਮ ਅਸੀਂ ਕਹਿੰਦੇ ਹਾਂ ਵੀ ਪਾਤਸ਼ਾਹ ਦਾ ਗੁਰਸਿੱਖਾਂ ਨੂੰ ਹੁਕਮ ਹੈ ਭਾਈ ਦਾ ਸੰਬੰਧ ਕੱਢਣਾ, ਸਵਾਸਾਂ ਦਾ ਵੀ, ਜ਼ਿੰਦਗੀ ਦਾ ਵੀ, ਅਤੇ ਆਪਣੇ ਕਿਰਤ ਵਿੱਚੋਂ ਵੀ ਦਸਵੰਧ ਕੱਢਣਾ ਹੈ। ਦਸਵੰਧ ਸਾਡੇ ਜਿਹੜੀ ਆ ਜੀਵਨ ਪੂੰਜੀ ਹੈ ਇਹਦੇ ਵਿੱਚੋਂ 24 ਘੰਟਿਆਂ ਵਿੱਚੋਂ 2.5 ਘੰਟੇ ਬਣ ਰਹੇ ਨੇ। ਅਤੇ ਹੁਣ ਦਸਵੰਧ ਮਾਇਆ ਵਿੱਚੋਂ ਉਹ ਵੀ ਦਸਵਾਂ ਹਿੱਸਾ ਕਿਹਾ ਗਿਆ ਹੈ। ਭਾਵ ਜੇ ਸਮਝਾਂਗੇ, ਪਤਾ ਲੱਗੂ ਸਾਨੂੰ, ਫਿਰ ਸਮਝ ਆਊ ਮਨ ਨੂੰ ਵੀ ਇਹ ਮੰਨਾ ਵੀ ਤੂੰ ਕਾਹਦਾ ਗੁਰਸਿੱਖ ਹੈ, ਮਾਲਕ ਦੇ ਹੁਕਮ ਤੋਂ ਬਾਹਰੇ ਫਿਰਦਾ, ਕਦੇ ਬੈਠਿਆ 2.5 ਘੰਟੇ ਮਾਲਕ ਦੀ ਯਾਦ ਵਿੱਚ, ਕਦੇ ਕੀਤੀ ਹੈ ਕਮਾਈ ਆਪਣੀ ਸਫਲ, ਕੋਈ ਦਸਵੰਧ ਕੱਢੀ ਆ, ਲਾਇਆ ਕਿਸੇ ਲੇਖੇ ਚੰਗੇ ਪਾਸੇ। ਅਤੇ ਇਸੇ ਕਰਕੇ ਪਾਤਸ਼ਾਹ ਮਿਹਰ ਕਰਦੇ ਆ ਵੀ ਭਾਈ ਜਿਹੜਾ ਗੁਰਮੁਖ ਹੁੰਦਾ ਗੁਰੂ ਸਾਹਿਬ ਨਾਲ ਜੁੜ ਕੇ ਚੱਲਦਾ, ਉਹ ਇਸ ਹੁਕਮ ਨੂੰ ਸਮਝ ਲੈਂਦਾ, ਪਛਾਣਦਾ, ਜਿਹੜਾ ਮੰਨਦਾ ਹੈ ਪਛਾਣਦਾ। ਅਤੇ ਪਾਤਸ਼ਾਹ ਕਹਿੰਦੇ ਮਨ ਹੈ ਹੁਕਮ ਸਮਾਏ ਦਾ, ਕਹਿੰਦੇ ਜਿਹੜਾ ਮੰਨਦਾ ਹੁਕਮ ਭਾਈ ਉਹ ਸਮਝੋ ਕਿ ਸੱਚ ਵਿੱਚ ਸਮਾ ਜਾਂਦਾ। ਸਮਾਏ ਦਾ ਭਾਵ ਕੀ ਹੈ, ਵੀ ਉਹ ਇੱਕਮਿਕ ਹੋ ਜਾਂਦਾ ਮਾਲਕ ਨਾਲ, ਹੁਕਮ ਮੰਨਣ ਵਾਲਾ। ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਪਾਤਸ਼ਾਹ ਕਹਿੰਦੇ ਜਿਹੜਾ ਹੁਕਮ ਮੰਨਦਾ ਕਹਿੰਦਾ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਅਤੇ ਆਪਣੇ ਸੱਚੇ ਮਾਲਕ ਪਤੀ ਪਰਮੇਸ਼ਰ ਖਸਮ ਦਾ ਮਹਿਲ ਪਾ ਲੈਂਦਾ, ਪ੍ਰਾਪਤੀ ਹੋ ਜਾਂਦੀ ਉਹਨੂੰ ਮਾਲਕ ਦੇ ਦਰ ਦੀ, ਉਹਨੂੰ ਸੱਚੀ ਦਰਗਾਹ ਦੇ ਵਿੱਚ ਬਾਸ਼ ਮਿਲ ਜਾਂਦਾ ਕਹਿ ਲਈ ਆਪਾਂ। ਖਸਮੇ ਕਾ ਮਹਿਲ ਪਾਏ ਸੀ। ਅਤੇ ਅੱਗੇ ਕਹਿੰਦੇ ਖਸਮੇ ਭਾਵੇ ਸੋ ਕਰੇ, ਜਿਹੜਾ ਮਾਲਕ ਨੂੰ ਭਾਉਂਦਾ ਭਾਈ ਉਹ ਕੀਤਾ ਜਾਵੇ, ਜੇ ਫਿਰ ਕੀ ਹੁੰਦਾ, ਮਨ ਚੰਦਿਆ ਸੋ ਫਲ ਪਾਏ ਸੀ, ਫਿਰ ਮਨ ਇਸਕ ਫਲ ਪ੍ਰਾਪਤ ਹੁੰਦੇ ਹੈ ਜੇ ਮਾਲਕ ਦੀ ਰਜ਼ਾ ਵਿੱਚ ਚੱਲਿਆ ਜਾਏ, ਫਿਰ ਮਨ ਜੋ ਲੋਚਦਾ ਉਹ ਪ੍ਰਾਪਤੀ ਹੁੰਦੀ ਹੈ। ਇਸੇ ਕਰਕੇ ਸੋ ਰਹੋ ਵਿਚਾਰ। ਸਤਿਗੁਰੂ ਜੀ ਇਹ ਮਿਹਰਾਂ ਕਰਦੇ ਆ ਸਾਨੂੰ ਸਮਝਾਉਂਦੇ ਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ 10ਵੀਂ ਪੌੜੀ ਵਿੱਚ ਹੁਕਮ ਆਇਆ ਹੁਕਮ ਸਮਾਇਆ, ਹੁਕਮ ਦਿਸੈ ਜਗਤ ਉਪਾਇਆ, ਹੁਕਮ ਸੁਰਗ ਮਸ ਪਿਆਲਾ, ਹੁਕਮ ਕਲਾ ਰਹਾਈ ਦਾ। ਪਾਤਸ਼ਾਹ ਕਹਿੰਦੇ ਆ ਪਿਆਰਿਓ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਆ ਰਿਹਾ ਹੈ, ਹੁਕਮ ਆਇਆ, ਆਪਾਂ ਵੀ ਉਹਦੇ ਹੁਕਮ ਦੇ ਵਿੱਚ ਹੀ ਆਇਆ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਗੁਰੂ ਪਿਆਰਿਓ। ਉਹਦੇ ਹੁਕਮ ਦੇ ਦੁਆਰਾ ਹੀ ਸੰਸਾਰ 'ਤੇ ਆਇਆ, ਅਤੇ ਜਿਹਦੇ ਉਹਦਾ ਹੁਕਮ ਆਇਆ ਉਹਦੇ ਸੰਸਾਰ ਤੋਂ ਕੂਚ ਵੀ ਕਰ ਜਾਣਾ। ਹੁਕਮ ਸਭ ਪਾਸਿਓ ਦਾ ਹੁਕਮ ਵਰਤਦਾ, ਹੁਕਮ ਕੀ ਹੈ ਆ ਕੁਦਰਤ ਰਾਹੀਂ ਉਹਦਾ ਹੁਕਮ ਚੱਲ ਰਿਹਾ ਹੈ। ਜੇ ਅਸੀਂ ਉਹਦੇ ਨਿਯਮਾਂ ਨੂੰ ਸਮਝਦੇ ਨਹੀਂ ਹਾਂ, ਕੁਤਾਹੀ ਕਰਦਿਆਂ ਸਮਝੋ
ਕਿ ਮਾਲਕ ਦੇ ਹੁਕਮ ਤੋਂ ਅਸੀਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਯਾਦ ਰੱਖੀਏ, ਗੁਰੂ ਬਾਬਾ ਜੀ ਨੇ ਇਹ ਕਿਰਪਾ ਕੀਤੀ ਵੀ ਇਹ ਬੰਦਿਆ, ਮੇਰੇ ਮਾਲਕ ਨੇ ਹਰ ਇੱਕ ਜੀਵ ਦੇ ਨੱਕ 'ਚ ਨਕੇਲ ਪਾਈ ਹੈ, ਨੱਥ ਪਾਈ ਹੋਈ ਹੈ। ਉਹ ਵੇਖਦਾ ਸਾਨੂੰ ਢਿੱਲੇ ਛੱਡ ਕੇ, ਪਰ ਜਦੋਂ ਜੀ ਚਾਹੁੰਦਾ ਕਿ ਨਾ, ਜਦੋਂ ਖਿੱਚਦਾ ਫਿਰ ਪਤਾ ਲੱਗਦਾ ਵੀ ਅਸੀਂ ਕਿੱਧਰ ਦੌੜੇ ਫਿਰਦੇ, ਅਸੀਂ ਕਿੱਧਰ ਨੂੰ ਮੋੜ ਪੈ ਗਿਆ। ਕਿਉਂਕਿ ਬਾਬਾ ਜੀ ਬਾਣੀ ਵਿੱਚ ਕਹਿੰਦੇ ਆ, ਖਸਮ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਕਿਰਤ ਦੁਬਾਰਾ ਹੀ, ਕੰਮਾਂ ਦੁਬਾਰਾ ਹੀ ਅਸੀਂ ਭਾਈ ਧਕੇਲੇ ਜਾ ਰਹੇ ਹਾਂ। ਕੋਈ ਕਿਤੇ ਜਾਂਦਾ ਕਰਮ ਕਰਨ ਲਈ, ਕੋਈ ਕਿਤੇ ਜਾਂਦਾ ਕਮਾਈ ਲਈ, ਇੱਦਾਂ ਹੀ ਹੈ। ਅਤੇ ਪਾਤਸ਼ਾਹ ਕਹਿੰਦੇ ਨੇ, ਪਰ ਉਹ ਮੇਰੇ ਵਾਹਿਗੁਰੂ ਨੂੰ ਪਤਾ ਸਭ ਕੁਝ ਵੀ ਕਿੱਥੇ ਕਿੱਥੇ ਸਾਡਾ ਦਾਣਾ ਪਾਣੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੀ ਪਾਤਸ਼ਾਹ ਕਹਿੰਦੇ। ਕਹਿੰਦੇ ਜਿੱਥੇ ਜਿੱਥੇ ਦਾਣਾ ਪਾਣੀ ਹੈ ਭਾਈ, ਉਹ ਮੇਰੇ ਮਾਲਕ ਨੇ ਸਾਡੇ 'ਤੇ ਕਿਰਪਾ ਕਰ ਹੀ ਦੇਣੀ ਹੈ। ਕਿਉਂਕਿ ਦਾਣਾ ਪਾਣੀ ਸਭਨਾਂ ਦਾ ਮੇਰੇ ਵਾਹਿਗੁਰੂ ਨੇ ਪੈਦਾ ਕੀਤਾ ਹੋਇਆ ਹੈ। ਕੀਤਾ ਬਸ ਭਾਵ ਕਿ ਅਸੀਂ ਹੁਕਮ ਦੀਆਂ ਡੋਲੀਆਂ ਛੱਡ ਕੇ ਭੱਜ ਦੌੜ ਕਰਦੇ ਹਾਂ ਨਾ। ਪਰ ਪਾਤਸ਼ਾਹ ਕੀ ਕਹਿੰਦੇ ਆ, ਬਈ ਭਾਈ ਇਹ ਬਏ ਵਿਸ਼ਵਾਸੀ ਵਾਲਾ ਹੀ ਕਰਮ ਹੈ ਸਾਡਾ। ਠੀਕ ਹੈ, ਕਿਰਤ ਦਾ ਕਰਨੀ ਹੈ, ਇਹ ਕਾਨੂੰਨ ਹੈ, ਨਿਯਮ ਹੈ ਵੀ ਹਰ ਇੱਕ ਜੀਵ ਨੇ ਸਮੇਂ ਦੇ ਮੁਤਾਲਕ, ਜਦੋਂ ਸਰੀਰੀ ਉਮਰ ਹੈ, ਭਾਵ ਕਿ ਉਹ ਸਮੇਂ ਦੇ ਮੁਤਾਲਕ ਕਰਮ ਕਰਨਾ, ਹਰ ਇੱਕ ਕਰਮ ਕਰਦੇ ਹਾਂ ਆਪਾਂ, ਕਰਨੇ ਚਾਹੀਦੇ ਆ। ਪਰ ਪਾਤਸ਼ਾਹ ਜੀ ਕਹਿੰਦੇ ਨੇ, ਵਿਸ਼ਵਾਸ ਮਾਲਕ 'ਤੇ ਰੱਖਣਾ ਚਾਹੀਦਾ। ਵਿਸ਼ਵਾਸ ਦਬਾਉਣ ਦੀ ਖਾਤਰ ਹੀ ਪਾਤਸ਼ਾਹ ਨੇ ਜੋ ਬਚਨ ਕੀਤੇ ਸਾਨੂੰ ਸਮਝਾਇਆ। ਰੋਜ਼ਾਨਾ ਹੀ ਪੜ੍ਹਦੇ ਹਾਂ ਆਪਾਂ, ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ ਤਾਕਾ ਰਿਜਕ ਆਗੈ ਕਰ ਧਰਿਆ। ਪਾਤਸ਼ਾਹ ਜੀ ਕਹਿੰਦੇ ਆ, ਅਤੇ ਨਾਲ ਇੱਕ ਉਦਾਹਰਨ ਦਿੰਦੇ, ਉਡ ਉਡ ਆਵੈ ਸੈ ਕੁਛ ਤਿਸ ਪਾਤਸ਼ਾਹ ਬਚਰੇ ਸਰਿਆ, ਤਿਨ ਕਬਣ ਖੁਲਾਵੈ ਕਬਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਪੜ੍ਹਦੇ ਹਾਂ ਆਪਾਂ ਜੀ, ਇਹ ਕੂੰਜਾ ਦੀ ਉਦਾਹਰਨ ਦਿੱਤੀ ਹੈ ਵੀ ਕੂੰਜਾ ਆਪਣੇ ਬੱਚੇ ਦੇ ਕੇ ਭਾਈ ਉਡ ਉਡਾਰੀਆਂ ਮਾਰਦੀਆਂ ਬੜੀ ਦੂਰ ਤੱਕ ਨਿਕਲ ਜਾਂਦੀਆਂ ਨੇ, ਪਰ ਮਨ ਵਿੱਚ ਉਹ ਸਿਮਰਨ ਕਰਦੀਆਂ ਨੇ, ਉਹਨਾਂ ਦੇ ਯਾਦ ਹੁੰਦੇ ਮਨ ਵਿੱਚ। ਬੱਚਿਆਂ ਦੀ ਵੀ ਭਾਵੇਂ ਕਿਹਾ ਜਾਂਦਾ ਵੀ ਯਾਦ ਰੱਖ ਰਿਹਾ, ਉਹ ਬਸ ਉਹਦਾ ਹੀ ਯਾਦ ਦੁਬਾਰਾ ਹੀ ਮਾਲਕ ਕਿਰਪਾ ਕਰ ਦਿੰਦਾ ਵੀ ਉਹਨਾਂ ਨੂੰ ਦੱਸੋ ਭਾਈ, ਕਹਿੰਦੇ ਕੌਣ ਖਿਲਾਉਂਦਾ ਹੈ, ਕੌਣ ਚੋਗਾ ਚੁਗਣ ਲਾਉਂਦਾ ਹੈ, ਬਸ ਉਹ ਮਾਲਕ ਹੀ ਕਿਰਪਾ ਕਰਦਾ। ਇਸੇ ਕਰਕੇ ਸੋ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਵੀ ਇਹ ਬੰਦਿਆ, ਤੇਰੇ 'ਤੇ ਤਾਂ ਬੜੀ ਵੱਡੀ ਕਿਰਪਾ ਕੀਤੀ ਹੈ, ਤੈਨੂੰ ਸੁਤੰਤਰ ਜੀਵਨ ਦਿੱਤਾ, ਆਜ਼ਾਦੀ ਵਾਲਾ ਦਿੱਤਾ, ਹੱਥ ਪੈਰ ਮੱਤ ਬੁੱਧ ਸਭ ਕੁਝ ਦਿੱਤਾ ਹੈ, ਤੂੰ ਤਾਂ ਭਾਈ ਕਮਾ ਕੇ ਖਾ ਸਕਦਾ। ਉਦਮ ਉਪਰਾਲੇ ਦੁਆਰਾ ਪਸ਼ੂ ਪੰਛੀ ਨੇ, ਜਿਹੜੇ ਹੋਰ ਆਵੀਆ ਬਾਣੀ ਦਰਖਤ ਨੇ, ਇਹਨਾਂ ਪ੍ਰਥਾਇ ਪਾਤਸ਼ਾਹ ਨੇ ਸਾਨੂੰ ਸਮਝਾਉਂਦੇ ਹੋਏ ਆਖਣਾ ਕੀਤਾ, ਸਾਹਿਬ ਜੀ ਸਾਨੂੰ ਬਾਣੀ ਦੁਆਰਾ ਬੇਅੰਤ ਭਾਵ ਕੇ ਬਰੀਕੀ ਵਿੱਚ ਜਾ ਕੇ ਸਮਝਾਉਣਾ ਕੀਤਾ। ਸਾਹਿਬ ਕਹਿੰਦੇ, ਐ ਪਿਆਰਿਆ, ਪਰਮਾਤਮਾ 'ਤੇ ਤੂੰ ਵਿਸ਼ਵਾਸ ਨਹੀਂ ਰੱਖਿਆ, ਵਿਸ਼ਵਾਸ ਰੱਖਣਾ ਕਰ। ਕਿਉਂਕਿ ਸਾਹਿਬ ਕਹਿੰਦੇ ਆ ਵੀ ਇੱਥੇ ਤਾਂ ਉਸ ਮੇਰੇ ਮਾਲਕ ਨੇ ਬਣ ਤ੍ਰਿਣ ਬਨਾਸਪਤੀ ਘਾਹ ਫੂਸ ਨੂੰ ਵੀ ਹਰਾ ਭਰਿਆ ਰੱਖਣਾ ਕੀਤਾ ਹੋਇਆ ਹੈ। ਆ ਬੰਦਾ ਤਾਂ ਭਾਵ ਮਾਲਕ ਨੇ ਸਾਨੂੰ ਤਾਂ ਫਿਰ ਵੀ ਉੱਦਮ ਉਪਰਾਲੇ ਲਈ
ਸਾਨੂੰ ਤਾਕਤ ਵੀ ਦਿੱਤੀ ਹੈ, ਸਾਨੂੰ ਮਤ ਬੁੱਧ ਦਿੱਤੀ ਹੈ, ਸੁਤੰਤਰਤਾ ਵੀ ਹੈ ਵੀ ਆਪਾਂ ਤਾਂ ਮਰਜ਼ੀ ਨਾਲ ਜੋ ਕੰਮ ਚੁਣਦੀ ਹੈ ਉਹ ਕਰਦੇ ਹਾਂ, ਆਪਾਂ ਕੋਸ਼ਿਸ਼ ਕਰਦੇ ਹਾਂ। ਪਰ ਪਸ਼ੂ ਪੰਛੀ ਉਹ ਮਾਲਕ 'ਤੇ ਹੀ ਹੈ ਸਭ ਕੁਛ। ਇਸੇ ਕਰਕੇ ਬਾਬਾ ਜੀ ਨੇ ਬਾਣੀ ਵਿੱਚ ਇਹ ਬਚਨ ਵੀ ਕੀਤੇ ਨੇ, ਖੌ ਬਲਿਹਾਰੀ ਤਨ ਪੰਖੀਆਂ ਜੰਗਲ ਜਿਨ੍ਹਾਂ ਵਾਸ, ਥਲ ਵਸਣ ਕੰਕਰ ਚੁਗਨ ਰੱਬ ਨਾ ਸੋਡਣ ਪਾਸ਼। ਕਹਿੰਦੇ ਪਿਆਰਿਓ ਵੇਖੋ, ਉਹਨਾਂ ਤੋਂ ਵਾਰੇ ਵਾਰੇ ਜਾਈਏ, ਪੰਛੀਆਂ ਤੋਂ ਵੀ ਜਿਨ੍ਹਾਂ ਦਾ ਦਰੱਖਤਾਂ 'ਤੇ ਹੀ ਵਾਸਾ, ਜੰਗਲਾਂ ਬੀਆ ਬਾਣਾਂ ਦੇ ਵਿੱਚ ਵਾਸਾ ਹੈ, ਉੱਦਾਂ ਹੀ ਥਲ 'ਤੇ ਵੱਸਦੇ ਹੈ ਅਤੇ ਕੰਕਰ ਚੁਗਦੇ ਹੈ। ਭਾਵ ਧਰਤੀ 'ਤੇ ਜੋ ਇਸ ਬੰਦੇ ਦੀ ਅੱਖ ਤੋਂ ਭਰੋਖੀ ਕੁਝ ਰਹਿ ਗਿਆ ਉਹਨੂੰ ਚੁਗ ਚੁੱਕ ਕੇ ਆਪਣਾ ਸਮਾਂ ਗੁਜ਼ਾਰਦੇ ਹੈ। ਪਰ ਕੀ ਕਹਿੰਦੇ ਨੇ ਬਾਬਾ ਜੀ? ਕਹਿੰਦੇ ਉਹ ਵੀ ਰੱਬ ਨੂੰ ਯਾਦ ਕਰਦੇ ਆ, ਉਹ ਵੀ ਨਹੀਂ ਭੁਲਾਉਂਦੇ। ਜੇ ਕਿਤੇ ਪਿਆਰ ਵਿੱਚ ਵੇਖੀ ਅੰਮ੍ਰਿਤ ਵੇਲੇ ਜਾਂ ਸ਼ਾਮਾਂ ਨੂੰ ਪੰਛੀਆਂ ਨੂੰ ਕਿੱਦਾਂ ਬੋਲ ਰਹੇ ਨੇ, ਉਹ ਭਾਵ ਕੀ ਕਹਿੰਦੇ? ਉਹ ਪਿਆਰੇ ਦਾ ਨਾਮ ਹੀ ਜਪਦੇ ਆ, ਮਾਲਕ ਨੂੰ ਹੀ ਯਾਦ ਕਰਦੇ ਆ, ਉਹਦਾ ਸ਼ੁਕਰ ਕਰਦੇ ਆ ਵੀ ਇਹ ਬੰਦਿਆ ਤੇਰੇ 'ਤੇ ਤਾਂ ਮਾਲਕ ਨੇ ਕਿਰਪਾ ਕੀਤੀ ਹੈ, 37 ਪ੍ਰਕਾਰ ਦੇ ਖਾਣੇ ਸਕਦਾ, ਤੇਰੇ ਰਹਿਣ ਬਹਿਣ ਦੇ ਵੀ ਬੜੇ ਸੋਹਣੇ ਪ੍ਰਬੰਧ ਨੇ, ਪਰ ਫਿਰ ਵੀ ਤੂੰ ਪਰਮਾਤਮਾ ਨੂੰ ਨਹੀਂ ਜਪਦਾ। ਰੋਜ਼ਾਨਾ ਪੜ੍ਹਦਿਆਂ ਪਾਤਸ਼ਾਹ ਕਹਿੰਦੇ ਜੈ ਪ੍ਰਸ਼ਾਦ ਸਤੀ ਅੰਮ੍ਰਿਤ ਕਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ। ਪਾਤਸ਼ਾਹ ਕਹਿੰਦੇ ਜਿਹਦੀ ਕਿਰਪਾ ਨਾਲ 37 ਪ੍ਰਕਾਰ ਦੇ ਖਾਣੇ ਸਕਦਾ ਭਾਈ, ਉਸ ਮਾਰਕ ਨੂੰ ਧਿਆਇਆ ਕਰ, ਯਾਦ ਕਰਿਆ ਕਰ, ਸੋ ਰਹੋ ਵਿਚਾਰ ਆਓ। ਇਹ ਸਤਿਗੁਰੂ ਜੀ ਮਿਹਰਾਂ ਕਰਦਿਆ ਸਾਨੂੰ ਸਮਝਾਉਂਦੇ ਹੈ ਵੀ ਆਹ ਪਿਆਰਿਆ ਉਹਦੇ ਹੁਕਮ ਨੂੰ ਸਾਂਭਣਾ ਕਰ, ਉਹਦੇ ਹੁਕਮ ਵਿੱਚ ਚੱਲਣਾ ਕਰ, ਉਹਦਾ ਹੁਕਮ ਹੀ ਹੈ, ਹੁਕਮ ਦੁਆਰਾ ਹੀ ਤੇਰੀ ਆ ਪਰਵਰਿਸ਼ਣ ਹੋਈ ਹੈ, ਤੇਰਾ ਸਰੀਰ ਪ੍ਰਾਲਬਧ ਨਾਲ ਬਣੀ ਹੈ। ਅਤੇ ਪਾਤਸ਼ਾਹ ਕਹਿੰਦੇ ਹੁਕਮ ਦੇ ਵਿੱਚ ਜੇ ਤੂੰ ਰਹੇਗਾ ਤਾਂ ਉਹ ਸੱਚੇ ਵਿੱਚ ਸਮਾ ਜਾਏਗਾ। ਹੁਕਮ ਹੈ ਆਇਆ, ਹੁਕਮ ਸਮਾਇਆ, ਪਾਤਸ਼ਾਹ ਕਹਿੰਦੇ ਹੁਕਮ ਹੈ ਦਿਸੈ ਜਗਤ ਉਪਾਇਆ, ਹੁਕਮ ਦੇ ਵਿੱਚ ਹੀ ਆ ਸਾਰਾ ਜਗਤ ਦਿਸ ਰਿਹਾ ਹੈ, ਪੈਦਾ ਕੀਤਾ ਹੋਇਆ ਮਾਲਕ ਦਾ ਹੁਕਮ ਹੈ। ਸੁਰਗ ਮਸ ਪਿਆਲਾ, ਹੁਕਮ ਦੇ ਵਿੱਚ ਹੀ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸੁਰਗ ਲੋਕ, ਮਾਤ ਲੋਕ, ਪਤਾਲ ਲੋਕ ਸਾਰੇ ਬਣਾਏ ਉਸ ਮੇਰੇ ਵਾਹਿਗੁਰੂ ਨੇ, ਤਿੰਨੇ ਲੋਕ ਉਹਦੇ ਹੁਕਮ ਵਿੱਚ ਹੀ ਚੱਲ ਰਿਹਾ, ਕਿਉਂਕਿ ਹੁਕਮ ਦੁਆਰਾ ਹੀ ਸਭ ਕੁਝ ਚੱਲ ਰਿਹਾ ਹੈ ਪ੍ਰਕਿਰਿਆ। ਹੁਕਮ ਹੈ ਕਲਾ ਰਹਾਈ ਦਾ, ਹੁਕਮ ਦੁਆਰਾ ਹੀ ਪਾਤਸ਼ਾਹ ਕਹਿੰਦੇ ਨੇ ਉਹਦੀ ਸ਼ਕਤੀ ਹੈ, ਸ਼ਕਤੀ ਨਾਲ, ਕਲਾ ਸ਼ਕਤੀ ਨੂੰ ਕਹਿੰਦੇ ਆ ਤਾਕਤ ਨੂੰ, ਕਿਉਂਕਿ ਹੁਕਮ ਦੁਆਰਾ ਹੀ ਸਭ ਕੁਝ ਖੜਾ ਰਹਾ, ਇਹਦਾ ਭਾਵ ਦਾ ਰਹਿਆ ਹੋਇਆ ਖੜਿਆ ਹੋਇਆ। ਹੁਣ ਆਕਾਸ਼ ਹੈ ਉਹਦੇ ਹੁਕਮ ਵਿੱਚ ਹੈ, ਆ ਚੰਦ ਸੂਰਜ ਸਭ ਕੁਝ ਉਹਦੇ ਹੁਕਮ ਵਿੱਚ ਚੱਲ ਰਿਹਾ। ਵੇਖੋ ਕਿਵੇਂ ਕੋਈ ਥੰਮ ਨਹੀਂ, ਕੋਈ ਲੈਣ ਨਹੀਂ ਦੇਣ ਨਹੀਂ, ਕਿਵੇਂ ਖੜਿਆ, ਕਿਵੇਂ ਚੱਲੀ ਜਾਂਦਾ ਸਭ ਕੁਛ। ਇਸੇ ਕਰਕੇ ਪਾਤਸ਼ਾਹ ਕਹਿੰਦੇ ਸਭ ਕੁਝ ਉਹਦੇ ਹੁਕਮ ਵਿੱਚ ਹੈ। ਅਤੇ ਅੱਗੇ ਪਾਤਸ਼ਾਹ ਹੁਕਮ ਹੈ ਧਰਤੀ ਧੌਲ ਸਿਰ ਭਾਰੰਗ, ਹੁਕਮ ਹੈ ਪੌਣ ਪਾਣੀ ਗਹਿਣਾ ਰੰਗ, ਹੁਕਮ ਹੈ ਸਿਵ ਸ਼ਕਤੀ ਕਰ ਵਾਸਾ, ਹੁਕਮ ਹੈ ਖੇਲ ਰਹਾਏ ਦਾ। ਪਾਤਸ਼ਾਹ ਕਹਿੰਦੇ ਹੁਕਮ ਹੈ ਧਰਤੀ ਧੌਲ ਸਿਰ ਭਾਰੰਗ, ਧੌਲ ਕਹਿੰਦੇ ਆ ਬਲਦ ਨੂੰ, ਆਮ ਕਹਾਵਤ ਪਹਿਲਾਂ ਤੋਂ ਬਣੀ ਹੋਈ ਵੀ ਧਰਤੀ ਹੈ ਜਿਹੜੀ, ਕਹਿੰਦੇ ਜੀ ਬਲਦ ਚੱਕੀ ਖੜਾ, ਬੁਲਦ ਨੇ ਸਾਰੀ ਧਰਤੀ ਦਾ ਕਹਿੰਦੇ ਭਾਰ ਚੱਕਿਆ ਹੋਇਆ। ਅਤੇ ਪਾਤਸ਼ਾਹ ਕਹਿੰਦੇ ਭਾਈ ਇਹ ਬਲਦ ਵੀ ਹੈ ਜਿਹੜਾ, ਇਹ ਵੀ ਭਾਈ ਮਾਲਕ ਦਾ ਹੁਕਮ ਹੀ ਹੈ, ਹੁਕਮ ਵਿੱਚ ਹੀ ਹੈ ਸਭ ਕੁਛ। ਵੈਸੇ ਭਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ
ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਸਮਝਾ ਦਿੱਤਾ ਹੈ। ਪਾਤਸ਼ਾਹ ਕਹਿੰਦੇ ਕਿਹੜਾ ਧੌਲ ਹੈ, ਉਹ ਕਿਹੜਾ ਬਲਦ ਹੈ ਜਿਹਦੇ ਆਸਰੇ 'ਤੇ ਧਰਤੀ ਖੜ੍ਹੀ ਹੈ। ਪਾਤਸ਼ਾਹ ਨੇ ਬਾਣੀ ਵਿੱਚ ਆਖਣਾ ਕੀਤਾ ਹੈ ਧੌਲ ਧਰਮ, ਕਹਿੰਦੇ ਧੌਲ ਕਸੂਰ ਨਹੀਂ ਇਹ ਧਰਮ ਹੈ। ਆਮ ਕਿਹਾ ਜਾਂਦਾ ਵੀ ਧਰਮ ਦੇ ਆਸਰੇ ਖੜ੍ਹੀ ਹੈ ਭਾਈ ਧਰਤੀ, ਤਾਂ ਪਾਤਸ਼ਾਹ ਕਹਿੰਦੇ ਧੌਲ ਅਸਲ ਬਲਦ ਧਰਮ ਹੈ। ਧੌਲ ਧਰਮ ਦਇਆ ਕਾ ਪੂਤ, ਕਹਿੰਦੇ ਦਇਆ ਦਾ ਪੁੱਤਰ ਹੈ ਭਾਈ ਜਿਹੜਾ ਧਰਮ ਹੈ, ਧਰਮ ਦਇਆ ਦਾ ਪੁੱਤਰ ਹੈ। ਭਾਵ ਕੀ ਹੈ ਵੀ ਜਿਹਦੇ ਅੰਦਰ ਦਇਆ ਭਾਈ ਉਹਦੇ ਅੰਦਰ ਧਰਮ ਪੈਦਾ ਹੁੰਦਾ। ਨਿਰਦਈ ਬੰਦੇ ਦੇ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੁੰਦੇ। ਜਿਹਦੇ ਅੰਦਰ ਦਇਆ ਹੈ, ਦਇਆ ਤੋਂ ਧਰਮ ਪੈਦਾ ਹੁੰਦਾ। ਜੇ ਹੁਣ ਸਾਡੇ ਅੰਦਰ ਉੱਦਾਂ ਦਇਆ ਕੋਈ ਹੈ ਨਹੀਂ, ਬੇਅੰਤ ਐਸੇ ਜੀਵ ਮਿਲਦੇ ਆ ਸੰਸਾਰ 'ਚ ਬਈ ਭੋਰਾ ਅੰਦਰ ਦਇਆ ਨਹੀਂ ਅਤੇ ਉੱਦਾਂ ਧਰਮ ਹੀ ਚਿੰਨ ਲਾ ਕੇ ਧਰਮ ਹੀ ਬਣੇ ਹੋਏ ਨੇ, ਉਹ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਵੀ ਅਖਵਾ ਰਹੇ ਨੇ। ਦਇਆ ਕੋਈ ਨਹੀਂ ਅੰਦਰ ਕਿਸੇ 'ਤੇ ਕਰਨੀ, ਸਾਰੇ ਹਰ ਇੱਕ ਪਾਸੇ ਜੈਨਸ ਰੱਖਣੀ ਹੈ, ਨਫ਼ਰਤ ਰੱਖਣੀ ਹੈ, ਸਾੜਾ ਰੱਖਣੀ, ਈਰਖਾ ਰੱਖਣੀ, ਦਵੈਸ ਭਾਵਨਾ ਰੱਖਣੀ, ਅਤੇ ਹੈ ਧਰਮ ਹੀ ਆਸੀ। ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿੱਥੇ ਦਇਆ ਅੰਦਰ ਹੈ ਨਹੀਂ ਉੱਥੇ ਧਰਮ ਪੈਦਾ ਨਹੀਂ ਹੋ ਸਕਦਾ। ਅਤੇ ਹੁਣ ਗੁਰੂ ਬਾਬਾ ਜੀ ਦੇ ਜੇ ਇੱਧਰ ਇਤਿਹਾਸ ਵੱਲ ਜਾਈਏ, ਆਪਾਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਅਤੇ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਜੀ ਆਏ ਨੇ। ਦਇਆ ਰਾਮ ਜੀ ਜਦੋਂ ਆਏ ਅਤੇ ਸਤਿਗੁਰਾਂ ਨੇ ਜਦੋਂ ਨਾਮ ਪੁੱਛਿਆ ਸੀ ਪਿਆਰ ਵਿੱਚ, ਅਤੇ ਸਤਿਗੁਰੂ ਖੁਸ਼ ਹੋਏ ਅਤੇ ਆਖਣ ਲੱਗੇ ਸੀ ਵੀ ਇਹ ਪਿਆਰਿਆ ਆ ਭਾਈ ਜੋ ਮਾਲਕ ਨੇ ਕਿਰਪਾ ਕੀਤੀ ਹੈ ਧਰਮ ਪੈਦਾ ਕਰਨਾ ਕਿ ਨਾ ਪੰਥ ਪੈਦਾ ਕਰਨਾ, ਅਤੇ ਪੰਥ ਵਿੱਚ ਦਇਆ ਦੀ ਲੋੜ ਹੈ, ਦਇਆ ਦੀ ਲੋੜ ਹੈ। ਸਿੱਖ ਧਰਮ ਪੈਦਾ ਹੋਇਆ ਭਾਵ ਕਿ ਦਇਆ, ਪਹਿਲੇ ਨੰਬਰ 'ਤੇ ਦਇਆ, ਦਇਆ ਰਾਮ ਜੀ ਆਏ, ਅਤੇ ਦੂਸਰੇ ਨੰਬਰ 'ਤੇ ਫਿਰ ਧਰਮ ਚੰਦ ਜੀ ਆਏ ਨੇ। ਧਰਮ ਧਰਮ ਦਇਆ ਧਰਮ ਅਤੇ ਪਾਤਸ਼ਾਹ ਨੇ ਵੀ ਇਹ ਭਾਵ ਇੱਧਰ ਹੁਣ ਆਪਾਂ ਵਿਸਥਾਰ ਵਿੱਚ ਨਾ ਜਾਈਏ, ਜੇ ਪੰਜ ਸਿੰਘਾਂ ਦੇ ਉਹ ਪਿਆਰਿਆਂ ਦੇ ਨਾਵਾਂ ਨੂੰ ਆਪਾਂ ਪ੍ਰਚੋਲਨਾ ਕਰੀਏ ਅਤੇ ਇਹਦੇ ਵਿੱਚ ਵੀ ਬੜੀਆਂ ਗਹਿਰੀਆਂ ਭਾਵ ਰਮਜਾਂ ਪਾਤਸ਼ਾਹ ਨੇ ਕਿਰਪਾ ਕੀਤੀਆਂ ਨੇ ਵੀ ਇਹ ਪਿਆਰਿਓ ਵੀ ਦਇਆ ਵੀ ਚਾਹੀਦੀ ਹੈ, ਧਰਮ ਵੀ ਚਾਹੀਦਾ ਹੈ, ਅਤੇ ਅੱਗੇ ਮੋਹ ਵੀ ਕੰਮ ਮੋਹ ਕੰਮ ਬਈ ਬਹੁਤਾ ਭਾਈ ਮੋਹ ਵੀ ਨਹੀਂ ਕਿਸੇ ਪਾਸੇ ਹੋਣਾ ਚਾਹੀਦਾ। ਇੱਦਾਂ ਭਾਵ ਕਿ ਇਹ ਸਾਰਾ ਕੁਛ ਮਾਲਕ ਨੇ ਕਿਰਪਾ ਕੀਤੀ ਹੈ, ਸਮਝਾਉਣਾ ਕੀਤਾ ਭਾਈ ਹਿੰਮਤ ਵੀ ਚਾਹੀਦੀ ਹੈ, ਹਿੰਮਤ ਜੀ ਆਏ ਸੀ। ਅਤੇ ਫਿਰ ਆਖਰ ਵਿੱਚ ਪੰਜਵੇਂ ਸਾਹਿਬ, ਸਾਹਿਬ ਭਾਵ ਕਿ ਭਾਈ ਜਿੱਥੇ ਦਇਆ ਉੱਥੇ ਧਰਮ ਹੈ, ਧਰਮ ਹੈ, ਹਿੰਮਤ ਹੈ, ਮੋਹ ਘੱਟ ਹੈ, ਮੋਹ ਦੇ ਵਿੱਚ ਨਹੀਂ, ਮੋਹ ਦੇ ਜਾਲ ਵਿੱਚ ਨਹੀਂ ਫਸਦਾ, ਅਤੇ ਉੱਥੇ ਫਿਰ ਪਾਤਸ਼ਾਹ ਕਹਿੰਦੇ ਸਹਿਬੀਆਂ ਪ੍ਰਾਪਤ ਹੁੰਦੀਆਂ ਨੇ, ਕਿਰਪਾ ਹੁੰਦੀ ਹੈ। ਅਤੇ ਇੱਧਰ ਰਹੋ ਵਿਚਾਰ, ਪਾਤਸ਼ਾਹ ਕਹਿੰਦੇ ਜੇ ਦਇਆ ਨਹੀਂ ਹੈ ਭਾਈ ਤਾਂ ਧਰਮ ਨਹੀਂ, ਅਤੇ ਦਇਆ ਇਹ ਜਿਹੜਾ ਧਰਮ ਹੈ ਧੌਲ ਰੂਪੀ ਹੈ, ਇਹਦੇ ਆਸਰੀ ਸਭ ਕੁਝ ਖੜ੍ਹਾ, ਧਰਮ ਦੇ ਆਸਰੀ ਸਭ ਕੁਝ ਖੜ੍ਹਾ। ਜੇ ਮੇਰੇ ਮਾਲਕ ਨੇ ਕਿਰਪਾ ਕੀਤੀ ਦਇਆ ਕੀਤੀ ਹੈ ਸੰਸਾਰ ਵਿੱਚ ਆ ਕੇ, ਤਦੇ ਗੁਰੂ ਪਿਆਰਿਓ ਆ ਸੁੱਖ ਦੇ ਸਾਹ ਲੈ ਰਹੇ ਹਾਂ ਆਪਾਂ, ਸੁੱਖ ਦੇ ਸਾਹ। ਦਇਆ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਬਾਂਹ ਫੜੀ ਹਿੰਦ ਦੀ,
ਤੇ ਅੱਜ ਹਿੰਦ ਜਿਉਂਦਾ ਤਿਉਂ ਹੈ ਗੁਰੂ ਪਿਆਰਿਓ, ਦਇਆ ਹੀ ਕੀਤੀ ਕਿ ਨਾ, ਦਇਆ ਦੇ ਨਾਲ ਹੀ ਧਰਮ ਨੇ। ਅਤੇ ਇਸੇ ਕਰਕੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ ਵੀ ਇਹ ਪਿਆਰਿਓ ਦਿਆਲੂ ਬਣੀਏ, ਦਇਆ ਅੰਦਰ ਲੈ ਕੇ ਆਈਏ, ਸਾਂਝ ਬਣਾਈਏ। ਇਸੇ ਕਰਕੇ ਸੋ ਪਾਤਸ਼ਾਹ ਕਹਿੰਦੀ ਹੈ ਇਹ ਜਿਹੜਾ ਧੌਲ ਹੈ ਭਾਈ ਬਲਦ ਹੈ ਧਰਤੀ ਜਿਹਦੇ ਆਸਰੇ ਖੜੀਏ, ਇਹ ਧਰਮ ਹੈ। ਧੌਲ ਧਰਮ ਦਇਆ ਕਾ ਪੂਤ, ਪਾਤਸ਼ਾਹ ਕਹਿੰਦੇ ਸੰਤੋਖ ਥਾਪ ਰੱਖਿਆ ਜਨ ਸੂਤ। ਬਸ ਇਹੋ ਹੀ ਥਾਪਣਾ। ਇਸੇ ਕਰਕੇ ਅੱਜ ਆਓ ਹੁਣ ਭਾਈ ਆਪਾਂ ਵਿਸਥਾਰ ਵਿੱਚ ਨਾ ਜਾਈਏ। ਪਾਤਸ਼ਾਹ ਕਹਿੰਦੇ ਹੁਕਮ ਹੈ ਧਰਤੀ ਧੌਲ ਸਿਰ ਭਾਰੰਗ, ਹੁਕਮ ਹੈ ਪੌਣ ਪਾਣੀ ਗੈਣਾਰੰਗ। ਹੁਕਮ ਦੇ ਵਿੱਚ ਹੀ ਪਾਤਸ਼ਾਹ ਜੀ ਕਹਿੰਦੇ ਨੇ ਇਹ ਪੌਣ ਪਾਣੀ ਸਭ ਕੁਝ, ਗੈਣਾਰੰਗ ਦਾ ਭਾਵ ਹੈ ਆਕਾਸ਼, ਇਹ ਸਭ ਕੁਝ ਉਹਦੇ ਹੁਕਮ ਵਿੱਚ ਹੀ ਚੱਲਦਾ। ਜੇ ਆਸਾ ਦੀ ਵਾਰ ਪੜ੍ਹਦੇ ਹਾਂ ਆਪਾਂ, ਆਸਾ ਦੀ ਵਾਰ ਵਿੱਚ ਵੀ ਪਾਤਸ਼ਾਹ ਨੇ ਇਹੀ ਆਖਣਾ ਕੀਤਾ, ਭੈ ਵਿੱਚ ਪਵਨ ਬਹੇ ਸਦਭਾਉ, ਭੈ ਵਿੱਚ ਚੱਲੇ ਲੱਕ ਦਰਿਆਉ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਦਾ ਭਾਵ ਕੀ ਹੈ ਵੀ ਉਹਦੇ ਡਰ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਭਾਈ ਸਭ ਕੁਝ ਚੱਲ ਰਿਹਾ ਹੈ, ਉਹਦੇ ਹੁਕਮ ਤੋਂ ਕੁਝ ਵੀ ਵਾਰ ਨਹੀਂ ਚੱਲ ਰਿਹਾ। ਪਰ ਹਾਂ, ਇੱਕ ਵਾਰ ਤਾਂ ਸਤਿਪੁਰਸ਼ ਪੜ੍ਹਿਆ ਕਰਦੇ, ਆਪਾਂ ਸੁਣਦੇ ਰਹਿੰਦੇ ਹਾਂ, ਧਾਰਨਾ ਰੂਪ ਵਿੱਚ ਪੜ੍ਹਿਆ ਕਰਦੇ, ਕਿਹਾ ਕਰਦੇ ਵੀ ਸਭ ਭੈ ਵਿੱਚ ਚੱਲਦੇ ਨੇ, ਮਨਾ ਇੱਕ ਤੂੰ ਨਹੀਂ ਭੈ ਵਿੱਚ ਚੱਲਦਾ, ਵੀ ਸਭ ਕੁਝ ਭੈ ਵਿੱਚ ਚੱਲਦਾ, ਉਹਦੇ ਡਰ ਵਿੱਚ ਚੱਲਦਾ, ਇਹ ਬੰਦਿਆ ਬਸ ਤੂੰ ਹੀ ਹੈ ਇੱਕ ਜਿਹੜਾ ਉਹਦੇ ਭੈ ਵਿੱਚ ਨਹੀਂ, ਉਹਦੇ ਹੁਕਮ ਵਿੱਚ ਨਹੀਂ ਚੱਲਦਾ, ਉਹਦੇ ਹੁਕਮ ਨੂੰ ਮੰਨਦਾ ਨਹੀਂ ਹੈ। ਅਤੇ ਹੁਕਮ ਕੀ ਹੈ ਜੇ ਆਪਾਂ ਇੱਧਰ ਵੀ ਆਈਏ ਕਿ ਨਾ, ਬਾਜਾਂ ਵਾਲੇ ਪਾਤਸ਼ਾਹ ਨੇ ਹੁਕਮ ਕੀਤਾ, ਕੀ ਹੁਕਮ ਕੀਤਾ, ਕਹਿੰਦੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਰਿਆਂ ਨੂੰ ਹੁਕਮ, ਆਹ ਹੁਕਮ ਜੇ ਆਹੀ ਮੰਨ ਲਈਏ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਨ ਕਰਕੇ ਬਾਣੀ ਕਰਕੇ ਮੰਨੀਏ, ਅਤੇ ਫਿਰ ਸਭ ਸਮਝ ਆ ਜਾਊਗੀ। ਗੁਰੂ ਸਾਹਿਬ ਨਾਲ ਜੁੜਾਂਗੇ ਜਦੋਂ, ਬਾਣੀ ਨਾਲ ਜੁੜਾਂਗੇ, ਪੜ੍ਹਾਂਗੇ, ਸਮਝਾਂਗੇ, ਸਭ ਸਮਝ ਆਜੂ ਵੀ ਕਿਵੇਂ ਚੱਲਣਾ, ਕੀ ਕਰਨਾ, ਕੀ ਹੁਕਮ ਹੈ ਸਾਨੂੰ। ਇਸੇ ਕਰਕੇ ਸੁਰਹ ਵਿਚਾਰ ਸਾਹਿਬਾ ਕਹਿੰਦੇ ਭਾਈ ਸਭ ਕੁਝ ਹੁਕਮ ਵਿੱਚ ਚੱਲਦਾ, ਉਹਦੇ ਹੁਕਮ ਹੈ ਪੌਣ ਪਾਣੀ ਗੈ ਨਾਰੰਗ, ਹੁਕਮ ਹੈ ਸਭ ਸ਼ਕਤੀ ਕਰ ਵਾਸਾ, ਹੁਕਮ ਹੈ ਖੇਲ ਖਿਲਾਈ ਦਾ, ਸਭ ਜੀਆਂ ਜੰਤ ਸਭ ਕੁਝ ਹੀ ਪਾਤਸ਼ਾਹ ਕਹਿੰਦੇ ਨੇ ਉਹਦੇ ਹੁਕਮ ਵਿੱਚ ਹੀ ਵਾਸੇ ਨੇ, ਸਾਡੀ ਹੁਕਮ ਵਿੱਚ ਹੀ ਆ ਸਭ ਕੁਝ ਵਸਿਆ ਹੋਇਆ, ਹੁਕਮ ਵਿੱਚ ਹੀ ਜਿੰਦ ਅੰਦਰ ਵੱਸਦੀ ਹੈ ਸਰੀਰ ਦੇ। ਜਿੱਦੇ ਉਹਦਾ ਹੁਕਮ ਆ ਗਿਆ ਵੀ ਚੱਲ ਖਾਲੀ ਕਰ, ਉੱਦਾਂ ਹੀ ਖਾਲੀ ਕਰ ਜਾਣਾ, ਇਹਨੇ ਹੋ ਜਾਣਾ ਖਾਲੀ, ਕਿਉਂਕਿ ਆਪਾਂ ਪੜ੍ਹਦੇ ਹਾਂ ਜਿਹਾ ਚਿਰੀ ਲਿਖਿਆ ਤੇ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੀ ਉੱਠੀ ਜਾਏ। ਇਹ ਵਚਨ ਆਪਾਂ ਪੜ੍ਹਦੇ ਹਾਂ ਸਾਹਿਬਾਂ ਦੇ। ਸਰੋਹ ਵਿਚਾਰ ਆਓ, ਆਖਰ ਬਾਰਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਕਿਰਪਾ ਜੋ ਕਰ ਰਹੇ ਨੇ, ਹੁਕਮ ਹੈ ਆਡਾਣੇ ਆਗਾਸੀ, ਹੁਕਮ ਹੈ ਜਲ ਥਲ ਤਿਰ ਭਵਨ ਵਾਸੀ, ਹੁਕਮ ਹੈ ਸਾਸ ਗਰਾਸ ਸਦਾ ਫੋਨਾ, ਹੁਕਮ ਹੈ ਦੇਖ ਦਿਖਾਈਂਦਾ। ਸਾਹਿਬ ਕਹਿੰਦੇ ਹੁਕਮ ਹੈ ਆਡਾਣੇ ਆਕਾਸ਼ੀ, ਵੀ ਵੇਖੋ ਭਾਈ ਆਕਾਸ਼ ਦੇ ਵਿੱਚ ਸਭ ਉਡਾਣ ਦਾ ਭਾਵ ਉੱਡੀ ਰਿਹਾ, ਆਪਾਂ ਨੂੰ ਤਾਂ ਲੱਗਦਾ ਕਿ ਨਾ ਵੀ ਉੱਡਿਆ ਹੀ ਫਿਰਦਾ ਸਭ ਕੁਛ,
ਪਾਤਸ਼ਾਹ ਕਹਿੰਦੇ ਉਹਦੇ ਹੁਕਮ ਵਿੱਚ ਹੀ ਇਹ ਸਭ ਕੁਝ ਉੱਡਿਆ ਫਿਰਦਾ ਭਾਈ ਆਕਾਸ਼ ਵਿੱਚ। ਹੁਕਮ ਹੈ ਜਲ ਥਲ ਤਿਰ ਭਵਨ ਵਾਸੀ, ਉਹਦੇ ਹੁਕਮ ਦੇ ਵਿੱਚ ਹੀ ਪਾਤਸ਼ਾਹ ਕਹਿੰਦੇ ਜਲ ਦੇ ਵਿੱਚ ਵੀ ਭਾਈ, ਥਲ ਦੇ ਵਿੱਚ ਵੀ, ਤਿੰਨਾਂ ਭਵਨਾਂ 'ਚ ਵਸਨੀਕ ਹੈ, ਭਾਵ ਕਿ ਬੜਾ ਕੁਛ ਵੱਸ ਰਿਹਾ, ਆਕਾਸ਼ ਵਿੱਚ ਵੀ ਬੜਾ ਕੁਛ ਵੱਸ ਰਿਹਾ ਭਾਈ, ਪਤਾਲ ਵਿੱਚ ਵੀ ਬੜਾ ਕੁਛ ਹੈ। ਅਤੇ ਆਹ ਮਾਤ ਲੋਕ 'ਤੇ ਤਾਂ ਆਪਾਂ ਨੂੰ ਸਭ ਕੁਛ ਦਿਸਦਾ ਹੀ ਆ ਕੀ ਕੁਛ ਵੱਸ ਰਿਹਾ। ਅਤੇ ਗੁਰੂ ਬਾਬਾ ਜੀ ਕਹਿੰਦੇ ਉਹਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਭਾਈ। ਹੁਕਮ ਹੈ ਸਾਸ ਗਰਾਸ ਸਦਾ ਫੁੱਨ, ਉਹਦੇ ਹੁਕਮ ਵਿੱਚ ਹੀ ਆਪਾਂ ਸਵਾਸ ਲੈ ਰਹੇ ਹਾਂ। ਜਦੋਂ ਹੁਕਮ ਉਹਦਾ ਬੰਦ ਹੋ ਗਿਆ, ਭਾਵ ਕਿ ਹੁਕਮ ਕਰ ਦਿੱਤਾ ਵੀ ਬਸ ਭਾਈ ਹੁਣ ਅੱਗੇ ਸਵਾਸ ਨਹੀਂ ਮਿਲਣਾ, ਕੋਈ ਲੱਖ ਯਤਨ ਕਰੀਏ ਅੰਦਰ ਸਵਾਸ ਨਹੀਂ ਜਾਂਦਾ, ਹਵਾ ਤਾਂ ਉੱਦਾਂ ਹੀ ਚੱਲਦੀ ਰਹਿੰਦੀ ਆ। ਕਹਿੰਦਾ ਇਹ ਤਾਂ ਨਹੀਂ ਖਤਮ ਹੁੰਦੀ ਗੁਰੂ ਪਿਆਰਿਓ, ਪਰ ਉਹਦਾ ਹੁਕਮ ਹੋ ਜਾਂਦਾ ਵੀ ਹੁਣ ਨਹੀਂ ਤਾਂ ਸਵਾਸ ਲੈਣਾ, ਬਸ ਖਤਮ ਕਹਾਣੀ ਹੈ। ਇਸੇ ਕਰਕੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਸਾਨੂੰ ਸਮਝਾਉਣਾ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਜਦੋਂ ਕਿਸੇ ਸਮੇਂ ਆਖਿਆ ਸੀ, ਕਹਿੰਦਾ ਭਾਈ ਬਾਲਿਆ ਐ ਮਰਦਾਨਾ ਜੀ, ਤੁਹਾਨੂੰ ਆਪਣੇ ਜੀਵਨ 'ਤੇ ਕਿੰਨਾ ਕੁ ਵਿਸ਼ਵਾਸ ਹੈ, ਕਿੰਨਾ ਕੁ ਭਰੋਸਾ। ਭਾਈ ਬਾਲਾ ਜੀ ਆਖਣ ਲੱਗੇ ਸੱਚੇ ਪਾਤਸ਼ਾਹ, ਦਸ ਵੀਹ ਦਿਨ ਦਾ ਕਹਿ ਨੇ ਇੰਨਾ ਕੁ ਤਾਂ ਪਾਤਸ਼ਾਹ ਕਹਿੰਦੇ ਬੜਾ ਵੱਡਾ ਭਰੋਸਾ ਰੱਖੀ ਆ ਵਿਸ਼ਵਾਸ। ਮਰਦਾਨਾ ਜੀ ਨੂੰ ਪੁੱਛਿਆ, ਉਹ ਕਹਿੰਦੇ ਬਾਬਾ ਜੀ ਇੰਨਾ ਜੇ ਵੱਧ ਕਹਿ ਤਾਂ ਮੈਂ ਦੋ ਚਾਰ ਦਿਨ ਇੰਨਾ ਕਮਾ ਲੈਂਦੇ ਹਾਂ। ਅਤੇ ਗੁਰੂ ਬਾਬਾ ਜੀ ਕਹਿੰਦੇ ਤੂੰ ਵੀ ਬੜਾ ਵੱਡਾ ਭਰੋਸਾ ਜਿਤਾ ਰਿਹਾ ਪਿਆਰਿਆ, ਇੰਨਾ ਵਿਸ਼ਵਾਸ ਇਸ ਜਿੰਦ 'ਤੇ। ਕਹਿੰਦੇ ਸਤਿਗੁਰੂ ਜੀ ਫਿਰ ਸਾਨੂੰ ਸਮਝ ਨਹੀਂ ਆਈ, ਆਪ ਕਿਰਪਾ ਕਰੋ ਦੱਸਣਾ ਕਰੋ। ਅਤੇ ਪਾਤਸ਼ਾਹ ਨੇ ਵਚਨ ਕੀਤਾ ਬਾਣੀ ਦੁਆਰਾ, ਸਾਹਿਬ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਤ ਨਾ ਜਾਣਾ। ਕਹਿੰਦੇ ਅਸੀਂ ਆਦਮੀ ਹਾਂ ਆਦਮੀ, ਵੀ ਜੇ ਆ ਰਿਹਾ ਦਮ ਸਾਹ ਚੱਲਦਾ ਨਾ ਅੰਦਰ ਜਾ ਆ ਰਿਹਾ ਸਾਹ ਸਾਡੇ, ਤਾਂ ਅਸੀਂ ਆਦਮੀ ਹਾਂ। ਜੇ ਇਹ ਸਾਹ ਬੰਦ ਹੋ ਗਿਆ ਤਾਂ ਮ੍ਰਿਤੂ ਮੁਰਦੇ ਹਾਂ, ਇਹ ਸਾਹ ਨਾਲ ਹੀ ਆਦਮੀ ਅਖਵਾਉਂਦੇ ਹਾਂ ਆਪਾਂ। ਪਾਤਸ਼ਾਹ ਕਹਿੰਦੇ ਨੇ ਮੋਹਲਤ ਮੌਤ ਨਾ ਜਾਣਾ, ਇਹਦੀ ਮੋਹਲਤ ਕੋਈ ਨਹੀਂ ਹੈ, ਜਾਣਦੇ ਹੀ ਨਹੀਂ ਅਸੀਂ ਵੀ ਕਿੰਨੇ ਕੁ ਸਵਾਸ ਲੈ ਲਏ ਜਾਂ ਕਿੰਨੇ ਕੁ ਲੈਣੇ ਆ, ਕਿੰਨੇ ਕੁ ਆਉਣੇ ਆ, ਕਦੋਂ ਬੰਦ ਹੋਣੇ ਆ, ਕੋਈ ਪਤਾ ਨਹੀਂ। ਪਰ ਪਾਤਸ਼ਾਹ ਨੇ ਨਾਲ ਇਹ ਬਚਨ ਕੀਤਾ, ਸਾਹਿਬ ਕਹਿੰਦੇ ਨਾਨਕ ਬਿਨ ਵਹਿ ਤਿਸੈ ਸਰੇਵੋ। ਕਹਿੰਦੇ ਸਾਡੀ ਬੇਨਤੀ ਹੈ ਉਸ ਮਾਲਕ ਨੂੰ ਯਾਦ ਰੱਖਿਆ ਕਰੋ ਭਾਈ, ਉਹਨੂੰ ਸੇਵਣਾ ਕਰੋ, ਸੇਵਣੇ ਦਾ ਭਾਵ ਸਿਮਰਨਾ ਕਰੋ, ਯਾਦ ਕਰੋ। ਕਿਹਨੂੰ? ਜਾ ਕੇ ਜੀ ਪ੍ਰਾਣਾ, ਜਿਹਦੇ ਹੱਥ ਵਿੱਚ ਸਾਡੇ ਜੀਵਾਂ ਦੇ ਪ੍ਰਾਣ ਨੇ, ਸਵਾਸ ਨੇ। ਬਾਬਾ ਜੀ ਇਹ ਆਖਣਾ ਕੀਤਾ ਵੀ ਜਿਹਦੇ ਹੱਥ ਵਿੱਚ ਭਾਈ ਸਵਾਸ ਨੇ, ਮਾਲਕ ਜਿਹੜਾ ਸਵਾਸ ਦੇ ਰਿਹਾ ਹੈ ਚਲਾ ਰਿਹਾ, ਉਹਨੂੰ ਸਿਮਰਿਆ ਕਰੋ, ਉਹਨੂੰ ਯਾਦ ਕਰਿਆ ਕਰੋ। ਕਿਆ ਕਰੋ? ਸ਼ੁਕਰ ਹੈ ਸੱਚੇ ਪਾਤਸ਼ਾਹ, ਮੇਰਾ ਦਿਆ ਸਾਈਆਂ ਤੂੰ ਸਾਨੂੰ ਸਵਾਸ ਦੇ ਰਿਹਾ ਹੈ। ਰਾਤਰੀ ਲੰਘੀ, ਇਹ ਭਾਵ ਕਿ ਮਰਯਾਦਾ ਗੁਰਸਿੱਖਾਂ ਦੇ ਬਚਨ ਵੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਨਿਤਨੇਮ ਕੀਤਾ, ਨਿਤਨੇਮ ਤੋਂ ਬਾਅਦ ਅਰਜ਼ ਕੀਤੀ, ਸਾਹਿਬਾ ਤੇਰੀ ਕਿਰਪਾ ਦੇ ਨਾਲ ਚਾਰ ਪੈਰ ਰਾਤਰੀ ਦੇ ਸੁੱਖਾਂ ਭਰੇ ਸੋਹਣੇ ਸੁੱਖ ਦੇ ਸਾਹ ਲੈਂਦਿਆਂ ਬਤੀਤ ਹੋਇਆ, ਦਿਨ ਆਇਆ, ਮਿਹਰ ਕਰੀ, ਇੱਦਾਂ ਹੀ ਕਿਰਪਾ ਰੱਖੀ, ਮਿਹਰਾਂ ਰੱਖੀ ਸੱਚੇ ਪਾਤਸ਼ਾਹ।
ਅਤੇ ਸਤਿਗੁਰੂ ਫਿਰ ਕਿਰਪਾ ਕਰਦੇ ਆ, ਜੇ ਇਹ ਵੀ ਉਹਦਾ ਸ਼ੁਕਰ ਹੈ ਮਾਲਕ ਦਾ, ਜੇ ਸ਼ੁਕਰ ਕਰਦੇ ਰਹੀਏ, ਸ਼ੁਕਰ ਗੁਜ਼ਾਰ ਰਹੀਏ, ਅਰਜ ਅਰਦਾਸ ਕਰਦੇ ਰਹੀਏ ਸਾਹਿਬ ਦੇ ਚਰਨਾਂ ਦੇ ਵਿੱਚ, ਕਿਉਂਕਿ ਉਹੀ ਹੈ ਮਾਲਕ ਜਿਹੜਾ ਸਾਨੂੰ ਸਵਾਸ ਦੇ ਰਿਹਾ। ਅਤੇ ਜਦੋਂ ਉਹਨੇ ਬੰਦ ਕਰ ਦਿੱਤੇ, ਫਿਰ ਲੱਖ ਯਤਨ ਕਰੀਏ ਫਿਰ ਸਵਾਸ ਨਹੀਂ ਮਿਲਦੇ। ਇਸੇ ਕਰਕੇ ਸਾਹਿਬਾ ਇਹ ਰਹਿਮਤ ਕਰਦੇ ਨੇ, ਸਾਨੂੰ ਸਮਝਾਉਂਦੇ ਨੇ ਵੀ ਹੁਕਮ ਹੈ ਸਾਸ, ਹੁਕਮ ਵਿੱਚ ਸਵਾਸ ਆ ਰਹੇ ਨੇ, ਅਤੇ ਅੱਗੇ ਗਰਾਸ ਕਿਹਾ, ਗਰਾਸੇ ਦਾ ਭਾਵ ਹੁੰਦਾ ਜੋ ਕੁਛ ਸੱਕ ਰਹੇ ਹਾਂ, ਇਹ ਵੀ ਉਹਦੇ ਹੁਕਮ ਨਾਲ ਹੀ, ਉਹਦੀ ਕਿਰਪਾ ਨਾਲ ਹੀ ਅੰਦਰ ਜਾ ਰਿਹਾ, ਖਾ ਰਿਹਾ ਜੋ ਕੁਛ ਸਭ। ਪਰ ਜਿਹਦੇ ਇਹ ਸਭ ਖਤਮਾ ਹੋ ਗਿਆ, ਭਾਵ ਜੋ ਮਾਲਕ ਵੱਲੋਂ ਸਾਨੂੰ ਬਖਸ਼ਿਸ਼ ਹੈ ਪੂਰਾ ਹੋ ਗਿਆ ਖਾਣਦਾਨ, ਭਾਵੇਂ ਮੁੱਖ ਵਿੱਚ ਗਰਾਸਾ ਪਾ ਵੀ ਲਈਏ ਗੁਰੂ ਪਿਆਰਿਓ, ਅੰਦਰ ਨਹੀਂ ਫਿਰ ਲੰਘਦਾ। ਬੜੀ ਵਾਰ ਹੁੰਦਾ, ਬੜੇ ਜੀਵਾਂ ਦੀਆਂ ਕਹਾਣੀਆਂ ਸੁਣਦੇ ਹਾਂ, ਬਈ ਸਵਾਸ ਭਾਈ ਬੰਦ ਹੋ ਗਏ, ਗਰਾਸਾ ਮੁੱਖ ਵਿੱਚ ਹੀ ਰਹਿ ਗਿਆ, ਬੁਰਕੀ ਪਾਈ ਸੀ ਪਰ ਅੰਦਰ ਲੰਘਾਉਣ ਦਾ ਹੁਕਮ ਨਹੀਂ ਹੋਇਆ। ਇਹ ਗੁਰੂ ਸਾਹਿਬ ਜੀ ਬਾਣੀ ਵਿੱਚ ਸਾਨੂੰ ਸਮਝਾ ਰਹੇ ਨੇ ਵੀ ਇਹ ਭਾਈ ਇਹ ਪਿਆਰਿਆ ਉਸ ਮਾਲਕ ਨੂੰ ਯਾਦ ਰੱਖ ਜਿਹਦੀ ਕਿਰਪਾ ਨਾਲ ਆਹ ਸਭ ਕੁਛ ਤੇਰਾ ਚੱਲ ਰਿਹਾ ਹੈ, ਉਹਨੂੰ ਯਾਦ ਰੱਖਿਆ ਕਰ, ਬਸ ਧਿਆਨ ਵਿੱਚ ਹੀ ਰੱਖਣਾ, ਇੰਨਾ ਕੁ ਤਾਂ ਕਰ ਹੀ ਸਕਦਾ ਜੀਵ, ਪਰ ਇਹ ਵੀ ਨਹੀਂ ਹੁੰਦਾ ਨਹੀਂ ਸਾਤੋਂ। ਇਸੇ ਕਰਕੇ ਆਓ ਸਾਹਿਬਾ ਕਹਿੰਦੇ ਆ, ਹੁਕਮ ਹੈ ਸਾਸ ਗਰਾਸ ਸਦਾ ਫੁੱਨ, ਹੁਕਮ ਹੈ ਦੇਖ ਦਿਖਾਈ ਦਾ, ਉਹਦੇ ਹੁਕਮ ਵਿੱਚ ਹੀ ਅਸੀਂ ਦੇਖ ਰਹੇ ਹਾਂ, ਅਤੇ ਹੁਕਮ ਦੇ ਵਿੱਚ ਹੀ ਮਾਲਕ ਸਾਨੂੰ ਸਭ ਕੁਝ ਦਿਖਾ ਰਿਹਾ ਹੈ। ਜਿੰਨਾ ਕੁ ਚਿਰ ਹੁਕਮ ਹੈ ਮਾਲਕ ਦਾ ਆ ਕਿਰਪਾ ਹੈ ਦੇਖ ਰਹੇ ਹਾਂ, ਅਤੇ ਜਿਹਦੇ ਬੰਦ ਕਰਤੀ ਨਿਗਾਹ ਮਾਲਕ ਨੇ, ਫਿਰ ਭਾਵੇਂ ਸੰਸਾਰ ਇੱਥੇ ਹੀ ਹੈ ਅਤੇ ਅੱਖਾਂ ਵੀ ਸਾਡੀਆਂ ਉੱਦਾਂ ਹੀ ਹੁੰਦੀਆਂ ਨੇ, ਪਰ ਫਿਰ ਦਿਸਣਾ ਬੰਦ, ਦੇਖ ਨਹੀਂ ਰਿਹਾ। ਇਸੇ ਕਰਕੇ ਆਓ ਪਾਤਸ਼ਾਹ ਜੀ ਇਹ ਸਾਨੂੰ ਸਮਝਾਉਂਦਾ ਵੀ ਇਹ ਪਿਆਰਿਆ ਉਸ ਮਾਲਕ ਦੀ ਕਿਰਪਾ ਦੁਆਰਾ ਹੀ ਤੂੰ ਸੰਸਾਰ ਵਿੱਚ ਆਨੰਦ ਰਹਿ ਰਿਹਾ ਹੈ, ਵੇਖਦਾ ਵੀ ਹੈ, ਸੁਣਦਾ ਵੀ ਹੈ, ਬੋਲਦਾ ਵੀ ਹੈ, ਸਾਕ ਸ਼ਿਕਾ ਰਿਹਾ ਹੈ, ਉਹਦੀ ਕਿਰਪਾ ਹੈ, ਉਹਦਾ ਸ਼ੁਕਰ ਕਰਿਆ ਕਰ, ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ, ਮਾਲਕ ਨੂੰ ਯਾਦ ਕਰਿਆ ਕਰ, ਯਾਦ ਲਈ ਕੁਝ ਸਮਾਂ ਕੱਢਿਆ ਕਰ, ਮਿਹਰ ਕਰੇ ਸਤਿਗੁਰੂ ਸੱਚੇ ਪਾਤਸ਼ਾਹ, ਆਓ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰ ਦਿਓ, ਤੁਹਾਡਾ ਸਤਿਨਾਮ ਉਪਦੇਸ਼ ਬਾਣੀ ਵਿਚਾਰ ਸਾਡੇ ਹਿਰਦੇ ਘਰ ਵਿੱਚ ਵੱਸ ਜਾਵੇ, ਕਦੇ ਭੁੱਲੀਏ ਨਾ ਸੱਚੇ ਪਾਤਸ਼ਾਹ, ਜੀਵਨ ਵਿੱਚ ਰਹਿੰਦਿਆਂ ਤੇਰੇ ਗੁਣ ਗਾਈਏ, ਗੁਣ ਗਾਉਂਦੇ ਹੋਏ ਅਸੀਂ ਇਸ ਜੀਵਨ ਨੂੰ ਆਪਣੇ ਨੂੰ ਸਫਲ ਬਣਾਈਏ, ਅਰਦਾਸ ਕਰੀਏ ਸਾਹਿਬ ਦੇ ਚਰਨਾਂ 'ਚ, ਮੰਗ ਮੰਗੀਏ ਪਿਆਰ ਵਿੱਚ, ਸਤਿਗੁਰੂ ਮਿਹਰ ਕਰੋ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। 12 ਪੌੜੀਆਂ ਸ਼ਬਦ ਦੀਆਂ ਸੰਪੂਰਨ ਹੋ ਗਈਆਂ ਹਨ, 4 ਪੌੜੀਆਂ ਬਾਕੀ ਹਨ, ਇਸ ਤੋਂ ਅੱਗੇ ਆਪਾਂ ਹੁਣ ਕੱਲ੍ਹ ਨੂੰ ਸਰਵਣ ਕਰਾਂਗੇ। ਆਓ ਹੁਣ ਕੁਝ ਕੁ ਸਮਾਂ ਗੁਰਮੰਤਰ ਦੁਆਰਾ ਸਾਂਝ ਪਾਈਏ, ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਲੋਕ ਬਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੋਏ ਦਾਈ ਦਾਇਆ ਖਿਲ ਸਗਲ।